ਕੱਟੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 9:15 ਹੋਏ ਨੇ ਤੇ 5 ਅਗਸਤ ਦਾ ਦਿਨ ਹੈ, ਵਰਾ 2021 ਦਾ ਵੀਰਵਾਰ ਹੈ। 21 ਸੌਣ ਨਾਨਕਸ਼ੇ ਸੰਮਤ 553 ਅਹਿਲਨ ਵਾ ਸਹਿਲਨ ਯਾ ਖੁੱਲਕ। ਅੱਜ ਚੱਲਾਂਗੇ ਪੰਜਾਬ ਤੇ ਗੱਲ ਕਰਾਂਗੇ ਦੇਸ਼ ਪੰਜਾਬ ਦੇ ਝਰੋਖੇ ਚੋਂ ਨਵਕਿਰਨ ਸਿੰਘ ਪੱਤੀ ਦੇ ਨਾਲ, ਤੇ ਫਿਰ ਰਿਸ਼ਤਾ ਡੀਪੂ ਵਾਲੇ ਆਉਣਗੇ ਜਿਹੜੇ ਰਿਸ਼ਤਿਆਂ ਦੀ ਤਾਕ 'ਚ ਬੈਠੇ ਆ। ਗੱਲਬਾਤ ਸੁਣਿਓ, ਹੋ ਸਕਦਾ ਹੈ ਕਿ ਗੁੱਲੀ ਉਹ ਦਣ ਪੈ ਜਾਏ। ਰਿਸ਼ਤਾ ਡੀਪੂ ਵਾਲੇ ਦੱਸਣਗੇ ਕਿ ਰਿਸ਼ਤੇ ਉਹ ਕਿਵੇਂ ਕਰਾਉਂਦੇ ਆ ਅਤੇ ਕਿਵੇਂ ਲੱਭਦੇ ਆ, ਅਤੇ ਅਸਲ ਜਿਹੜੇ ਰਿਸ਼ਤੇ ਲੱਭਦੇ ਆ ਉਹਨਾਂ ਲਈ ਕੀ ਪ੍ਰੋਫਾਈਲ ਹੈ। ਅੱਗੇ shaadi.com 'ਤੇ 60% ਸੰਗਤ ਉਹੀ ਫਿਰਦੀ ਹੈ ਜਿਹੜੇ ਵਿਆਹੇ ਹੋਏ ਹੈ। ਅਤੇ ਫਿਰ ਗੱਲਬਾਤ, ਅੱਜ ਇੰਡੀਜਨਸ ਡੇ ਵੀਰਵਾਰ ਨੂੰ ਹੁੰਦਾ। ਰੈਜੀਡੈਂਸ਼ੀਅਲ ਸਕੂਲ ਦੇ ਇੱਕ ਸਰਵਾਈਵਰ ਨਾਲ ਗੱਲਬਾਤ ਕਰਾਂਗੇ। ਲੀਜੈਂਡਰੀ ਰਾਈਡਰ ਪਹੁੰਚੇ ਹੋਏ ਨੇ ਪ੍ਰਿੰਸ ਐਡਵਰਡ ਐਡਵਰਡ ਆਈਲੈਂਡ ਅਤੇ PEI ਸ਼ਾਰਲੇਟਾਊਨ ਦੇ ਵਿੱਚ, ਉੱਥੋਂ ਗੱਲਬਾਤ ਮਲਕੀਤ ਸਿੰਘ ਹੁੰਜਨ, ਕੁਲਵਿੰਦਰ ਸਿੰਘ ਵਿੱਕੀ ਉਹਨਾਂ ਨਾਲ ਹੋਏਗੀ। ਅੱਜ ਕੰਮ ਬਹੁਤ ਤਿੱਖਾ ਟਾਇਟ ਹੈ, ਕੰਮ ਵਿੱਚੇ ਗੱਲਾਂ ਬਾਤਾਂ ਸੁਣਾਵਾਂਗੇ। ਇਸ਼ਕਾਂ ਦੇ ਪੱਤਣਾਂ 'ਤੇ ਮੇਲੇ ਜੁੜ ਗਏ, ਇਲਮ ਦੇ ਸਾਰੇ ਕਿਨਾਰੇ ਖੁਰ ਗਏ, ਖਾਕ ਮੇਰੀ 'ਚੋਂ ਮੁਹੱਬਤ ਖਿੜਪੀ, ਮੁੱਲ ਤੇਰੇ ਪਾਣੀਆਂ ਦੇ ਮੁੜ ਗਏ, ਉੱਚੀ ਹੋਈ ਲਾੜ ਜਦ ਵੀ ਛਿਕਦੀ, ਰੰਗ ਰਸਮਾਂ ਵਾਲਿਆਂ ਦੇ ਉੜ ਗਏ, ਸੋਹਣੀਆਂ ਹਿੱਕਾਂ 'ਤੇ ਉਹੀ ਸੋਭ ਦੇ, ਸੂਈ ਦੇ ਨੱਕੇ 'ਚ ਜਿਹੜੇ ਪੁਰ ਗਏ, ਰੀਤ ਦੀ ਟਾਹਣੀ ਤੋਂ ਨਾਤਾ ਤੋੜ ਕੇ ਦੋ ਗੁਲਾਬੀ ਫੁੱਲ ਚਨਾਹ 'ਚ ਰੁੜ ਗਏ, ਬਾਲ ਕੇ ਆਪਣੇ ਅਕੀਦਤ ਦੇ ਚਿਰਾਗ ਤੇਰੀ ਦੁਨੀਆ 'ਚੋਂ ਮੁਸਾਫਰ ਮੁੜ ਗਏ, ਸਜ ਗਈ ਹੈ ਫੇਰ ਮਹਿਫਲ ਸ਼ਾਮ ਦੀ, ਚੰਨ ਦੀ ਸੋਹਬਤ 'ਚ ਤਾਰੇ ਜੁੜ ਗਏ, ਚੰਨ ਦੀ ਸੋਹਬਤ 'ਚ ਤਾਰੇ ਜੁੜ ਗਏ, ਇਸ਼ਕ ਦੇ ਪੱਤਣਾਂ 'ਤੇ ਮੇਲੇ ਜੁੜ ਗਏ। ਸੁਖਵਿੰਦਰ ਅੰਮ੍ਰਿਤ ਲਿਖਦੇ ਨੇ, ਸ਼ਬਦ ਕਮਾਲ ਨੇ ਪਰ ਲੋਕਾਂ ਵੱਲੋਂ ਮਿਲਿਆ ਪਿਆਰ ਜਿਹਦਾ ਪੱਲਾ ਵੱਡਾ ਨਹੀਂ, ਪਿਆਰ ਕਿਰਜੰਦ ਹੈ। ਅਮਨ ਬਿਲਾਸਪੁਰੀ ਰਾਤ ਮਿਲਿਆ, ਸ੍ਰੀ ਮਨਜਿੰਦਰ ਸਿੰਘ ਧਾਲੀਵਾਲ ਸਾਡਾ ਭਰਾ ਹੈ, ਭਤੀਜੇ ਦਾ ਜਿਹੜਾ ਜਾਗੋ ਸੀ ਕੱਲ੍ਹ ਨਾਨਕੀਆਂ ਦੀ, ਕਰਿਆਟੀ ਛੱਕ ਕੇ ਚੀਨੀ ਦੇ ਨਾਲ ਫਿਰ ਬਬੂਕੇ ਵੱਜੇ ਪੂਰੇ ਮਿਸ਼ਨ ਦੇ ਖੇਤਾਂ 'ਚ। ਅਮਨ ਬਿਲਾਸਪੁਰੀ ਨੇ ਆ ਕੇ ਮੇਲੇ ਕੀਤੇ, ਪਹਿਲੀ ਵਾਰ ਮੈਂ ਮੁੰਡੇ ਨੂੰ ਮਿਲਿਆ। ਨਿਮਰਤਾ ਜਿਹੜੀ ਨਿਰਮਾਣ ਹੈ ਬਹੁਤ ਜ਼ਰੂਰੀ ਹੈ, ਅਤੇ 4 ਗੀਤ ਕਿਸੇ ਦੇ ਮਾੜੇ ਜਿਹੇ ਕੋਈ ਸੁਣਨ ਲੱਗ ਜਾਏ, ਇੱਕ ਤਾਂ ਉਹ ਝੋਲਾ ਜਿਹਾ ਪਾ ਲੈਂਦੇ ਨੇ ਜਿਹੜਾ ਪਰਲੇ ਬੰਨੇ ਦੀ ਗਰਦਨ 'ਤੇ ਦੀ ਪਾਈਦਾ, ਪਤਾ ਨਹੀਂ ਉਹ ਕੀ ਸਟੇਟਸ ਕੋ ਹੈ, ਅਤੇ ਫਿਰ ਉਈਓ ਹੀ ਧੂਤਕੜਾ ਪਾਉਣ ਲੱਗ ਜਾਂਦੇ ਹੈ। ਸਾਊ ਹੋਣਾ ਬਹੁਤ ਜ਼ਰੂਰੀ ਹੈ। ਅਮਨ ਬਿਲਾਸਪੁਰੀ ਦੇ ਗੀਤ ਹੌਲੀ ਹੌਲੀ ਕਰਾਂਗੇ ਤਰੱਕੀਆਂ ਫਿਰੋਜ਼ਪੁਰ ਦਾ ਇੱਕ ਸੱਜਣ ਅਦੀਬ ਦੇ ਨਾਲ ਨਾਰਾ, ਇੱਥੇ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਨੇ ਵੀ ਮੇਕਅਪ ਦਾ ਰੌਲਾ ਇੱਥੇ, ਐਵੇਂ ਨਾ ਵੇਖੀ ਮਹੀਨਾ ਹੀ ਮਿਲਦਾ ਸਾਲ 'ਚ, 11 ਮਹੀਨੇ ਅਗਲੇ ਬੇਰੀਆਂ ਤੜਾਉਂਦੇ ਨੇ, ਉਹ ਕਹਿੰਦੀ ਮੈਂ ਬਾਹਰ ਜਾਣਾ। ਬਾਹਰ ਵਾਲਿਆਂ ਦੀ ਵੀ ਅੱਜ ਗੱਲ ਕਰਾਂਗੇ, ਰਿਸ਼ਤਾ ਡੀਪੂ ਵਾਲੇ ਆਉਣਗੇ। ਅਤੇ ਹੁਣ ਚੱਲਦੇ ਹਾਂ ਪੰਜਾਬ ਨੂੰ। ਨਵਕਿਰਨ ਸਿੰਘ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੈਪਟਨ ਦੀ ਕੁੰਡਲੀ ਸੂਤ ਨਹੀਂ ਆਉਂਦੀ, ਸੋ ਹੁਣ ਪ੍ਰਸ਼ਾਂਤ ਕਿਸ਼ੋਰ ਮੁੱਕਰ ਗਿਆ ਜੀ? ਜੀ ਗਿੱਲ ਸਾਹਿਬ, ਪ੍ਰਸ਼ਾਂਤ ਕਿਸ਼ੋਰ ਅੱਜ ਅਸਤੀਫਾ ਦੇ ਗਿਆ, ਇਹ ਵੱਡੀ ਗੱਲ ਕਹੀ ਜਾ ਸਕਦੀ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤੋਂ ਇੱਕ ਆਸ ਸੀਗੀ। 4.5 ਸਾਲ ਉਹ ਪੰਜਾਬ ਨੀ ਵੜਿਆ, ਪੰਜਾਬ ਦੇ ਲੋਕਾਂ ਕਣੀ ਨੀ ਝਾਕਿਆ, ਜਿਹੜੇ 2017 ਦੇ ਵਿੱਚ ਚੋਣ ਵਾਅਦੇ ਕੀਤੇ ਸੀ ਇੱਕ ਵੀ ਨੀ ਪੂਰਾ ਕੀਤਾ। ਪੰਜਾਬ ਦੇ ਨੌਜਵਾਨ ਸੜਕਾਂ ਤੇ ਰੁਲ ਰਹੇ ਨੇ ਔਰ ਕੈਪਟਨ ਅਮਰਿੰਦਰ ਸਿੰਘ ਚੁੱਪ ਚਾਪ ਮਹਿਲਾਂ ਚ ਬੈਠਾ ਰਿਹਾ, ਜੇ ਸਰਕਾਰੀ ਦਫ਼ਤਰ ਗਿਆ ਹੀ ਨੀ। ਆਮ ਬੰਦਾ ਨਾ ਸਰਕਾਰੀ ਦਫ਼ਤਰ ਨਾ ਜਾਵੇ, ਕੋਈ ਕਲਾਸ 4 ਹੋਵੇ, ਕਲਾਸ 3 ਹੋਵੇ, ਕੋਈ ਕਲਰਕ ਹੋਵੇ, ਨਾਲ ਦੀ ਨਾਲ ਛਾਪਾ ਪੈ ਜਾਂਦਾ। ਲੇਕਿਨ ਇਹਨੇ ਪਹਿਲਾਂ ਹਿਮਾਚਲ ਚੋਂ ਬੈਠ ਕੇ, ਉਦੋਂ ਬਾਅਦ ਜੇ ਆਇਆ ਪੰਜਾਬ ਤਾਂ ਫਾਰਮ ਹਾਊਸ ਚ ਬੈਠ ਕੇ ਸਰਕਾਰ ਚਲਾਤੀ। ਹੁਣ ਜਦੋਂ 6 ਮਹੀਨੇ ਰਹਿੰਦੇ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਹਾਇਰ ਕੀਤਾ ਔਰ ਹਾਇਰ ਕਰਕੇ ਉਹਨੂੰ ਕਹਿਤਾ ਵੀ ਲੈ ਵੀ ਮਿੱਤਰਾ, ਦੱਸ ਕੀ ਜੁਮਲੇ ਛੱਡੀਏ ਤੇ ਆਪਾਂ ਐਤਕੀ ਫੇਰ ਮੁੱਖ ਮੰਤਰੀ ਬਣਨਾ, ਮੇਰੀ ਫੇਰ ਇੱਛਾ ਦੁਆਰੇ। ਪ੍ਰਸ਼ਾਂਤ ਕਿਸ਼ੋਰ ਦੀ ਟੀਮ ਆਈ ਪੈਕ ਲੱਗ ਗਈ ਸੀ, ਸਾਰਾ ਕੁਛ ਹੋ ਗਿਆ ਸੀ। ਲੇਕਿਨ ਇਸੇ ਦਰਮਿਆਨ ਪਤਾ ਲੱਗਿਆ ਕਿ ਪ੍ਰਸ਼ਾਂਤ ਕਿਸ਼ੋਰ ਦੀਆਂ ਇਛਾਵਾਂ ਵੱਧ ਗਈਆਂ। ਉਹਨੂੰ ਲੱਗਿਆ ਕਿ ਮੈਂ ਮੁੱਖ ਮੰਤਰੀ ਬਣਾ ਦਿੰਦਾ, ਪ੍ਰਧਾਨ ਮੰਤਰੀ ਬਣਾ ਦਿੰਦਾ, ਮੈਂ ਆਪ ਹੀ ਕਿਉਂ ਨਾ ਬਣ ਜਾ। ਹੁਣ ਇਸ ਵਕਤ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਸੰਪਰਕ ਦੇ ਵਿੱਚ ਆ ਗਿੱਲ ਸਾਹਿਬ, ਉਹ ਸਟ੍ਰੈਟਜੀ ਕਰ ਰਿਹਾ ਗਾ ਕਿ ਖੁਦ ਕਾਂਗਰਸ ਦੇ ਵਿੱਚ ਸ਼ਾਮਿਲ ਹੋਵੇ।
हो जा नहीं होगा, लेकिन कैप्टन अमरिंदर सिंह नू अज उन्हें चिट्ठी लिख के ये ऐलान कर दिता है कि मैं जनतक जीवन तो कुछ समय दे लई जिहड़ा विराम लेना चाहुंना, इस करके मेरा अस्तीफा प्रवान करो। और उन्होंने कैप्टन अमरिंदर सिंह दे प्रमुख सलाहकार दे अहुदे तो जिहड़ा अस्तीफा अपना वह दे दिता गा। चंगी गल आ, चलिया गया प्रशांत किशोर। नहीं तां गिल साहब इन्होंने ना असल दे विच इह बनाता सरकारां ने भी लोकां आखणी ध्यान ही ना दिओ। साढ़े चार साल कारपोरेट घराणियां तो लाओ फंड, कारपोरेट घराणियां दे करो फायदे, आ चाहे खेती कानून होण चाहे होर होण, अंबानियां अडानियां रिलायंस वालियां, यही कुछ पंजाब वालियां ने कीता। कांग्रेस पार्टी ने मतलब वादे तो किए थे ना कि असी बिजली समझौते रद्द करांगे, जिहड़े अकाली भाजपा वाले ने किए एक भी नहीं रद्द किया, हुण आके ऐलान करी जांदे ने, इह भी कोई रद्द करन दी अजे नीयत नहीं है। और उदों बाद उहनां तों फंड लैके प्रशांत किशोर वर्गियां नूं किराए ते कर लो ते लोकां नूं मूर्ख किवें बनाउणा उहनां तों सिख लो ते उदों बाद साढ़े चार साल फिर राज करो। तो चंगी गल है जी, वह चलिया गया नहीं, पंजाब के लोगों के कितने हत्थे चढ़ जाता उन्होंने उही तोड़ देना सी जी। अच्छा, नवजोत सिद्धू कल फरीदकोट गया तो उत्थे बैठा बैठा कहिंदा बादलों दीआं 3000 बसां हले तक गैर कानूनी चलदियां ने। जद स्टेजां ते जाके प्रकाश सिंह बादल नूं बापू नवजोत सिंह सिद्धू कहिंदा बसां तां जद भी चलदियां सी ऑर्बिट दीआं, ते हुण उत्थे बैठा ही बंदा कहिंदा बाई जी साढ़े चार साल नहीं बोले। फरीदकोट दे विच उस इकट्ठ च किसे ने कहता कहिंदा साढ़े चार साल नहीं बोले, हुण 6 महीने च बसां किवें विखण लग गईआं। ते एक वीडियो वायरल जिहड़ी चल रही आ जिहदे विच मतलब भाजपा दी जे कहिंदा मदद नहीं करनी तां गऊ मास खाण दे बराबर है। देखो, जब तुसीं एक बन्ने एक्सट्रीम चले जाने मुड़ के वापसी आउणी बड़ी औखी है। पता नहीं जादू चलू कि नहीं, ते मोगे जद पहुंचे तो किसान जथेबंदियां ने घराव कर दिता। किवें रहा मालवे का ट्रिप? जी जी नवजोत सिंह सिद्धू ने असल दे विच जिस दिन प्रधान बनया सी उसे दिन स्टेज तो एक गल कही, कहिंदा प्यासा खूह कोले चल के आउंदा, किसान जथेबंदियां मेरे कोले आउण, तां इह गल किसान जथेबंदियां नूं रड़की। दूसरी गल इह हैगी कि नवजोत सिंह सिद्धू बारे चर्चा यह चलती रहती है कि जिस सरकार दे विच रहिंदे ने वह अहुदिआं दा निग भी माणदे ने ते विरोध भी करदे रहिंदे ने, तां इही कारण सीगा कि अकाली भाजपा सरकार दे विच वी इहदी पत्नी डाक्टर नवजोत कौर सिद्धू उह सैकटरी भी रही हैगी, पार्लीमानी भी रही हैगी, और कैबिनेट मंत्री दीआं सहूलतां माणदी रही, विरोध भी करदी रही, भारतीय जनता पार्टी दे विच वी इसे तरह का रूप चलिया। सो हुण कांग्रेस दे विच आ गए। गल साहब देखो इत्थे खड़ी आ, कोई वादा पूरा नहीं किया इन्होंने कैप्टन अमरिंदर सिंह होरां दी सरकार ने, उसे सरकार से उसे पार्टी से भाईवाल ने। अगली गल यह है कि नवजोत सिंह सिद्धू हुण कहिंदा अज इहने कहा मैं माफिया खत्म कर दूं, लेकिन जिहड़े मंत्रियों नूं इह कैप्टन अमरिंदर नालों तोड़ के उहदे नाल जोड़न नूं फिरदा है उहनां दे ताप ते सारा कुछ चलदा है। आ पिछले दिनां दे विच इहदे नाल जिहड़ा सब तों वध नाल जुड़िया सी उह बागे पुराणे वाला MLA दर्शन बराड़ तों रहा सीगा, उहदे मुंडे दा क्रशर बंद कीता, और उस तो बाद हुण की सवाल इहदे विच समझिया जावे। भावें कहिंदे ने कि कैप्टन अमरिंदर सिंह ने जाण बुझ के कार्रवाई करवाई आ, लेकिन जे कुछ इलीगल हो तां ही कार्रवाई होई ना। तो सवाल तां इह आ गए हुण कि उही सुखजिंदर रंधावा है जिहड़ा कैप्टन अमरिंदर सिंह दे नाल सी ते उही अज नवजोत सिद्धू दे नाल है, उही तृप्त रजिंदर बाजवा है जिहड़ा कैप्टन अमरिंदर सिंह दे नाल सी अज उही नवजोत सिंह सिद्धू दे नाल है, उही दर्शन बराड़ जिहड़ा कैप्टन अमरिंदर सिंह दे नाल सी अज नवजोत सिद्धू दे नाल है, उही राजा वडिंग है तो उही कुलवीर जीरा। जदों वह नवजोत सिद्धू के पाले च आ गए तो वह सारे सही साबित हो गए, तो जदों तक वह दूजिया के पाले ची उदों तक वह गलत थी। तो असल जी सियासत है ना, इस सियासत दे विच इस हमामे सब नंगे वाली गल हैगी। और इतने जे नवजोत सिंह सिद्धू नूं भावें मुख्यमंत्री बना दो, मैं दावे ना कहना बसा फिर भी बादलों दी ही चलनगियां। तो यह जदों तक यह जिहड़ियां रवायती पार्टियां दे विच उसे रूप के इशारा तो कांग्रेस कनी होना है। प्रकाश सिंह बादल होरी जदों सीधा जाके डॉक्टर मनमोहन सिंह नाल गल करदे सी ते मनमोहन सिंह अज अज ये आप कहंदे ने बादल सानूं मनमोहन सिंह ने कदे जवाब नहीं सी दित्ता, ते सीधी जाके मतलब जो कांग्रेस दी जदों डिसाइड नहरू गांधी परिवार जदों तक करूगा कि कांग्रेस दा पंजाब दा प्रधान कौन होगा उदों तक ये किवें कह देणगे कि असीं आजादाना तौर ते पंजाब दे फैसले लै सकदे हां जी। कहिंदे बना के भिंडियां करारियां जीआं, जद बीबी भट्ठल गवली कंध तों कौली बादल उहनां नूं फड़ाउंदी जद कोठी नप्पी बैठी सी तां बादल उहनूं ही कह दिंदे वे भाई बीबा धन्नवाद।
ਹੁਣ ਕਹਿੰਦੇ ਕੈਪਟਨ ਅਮਰਿੰਦਰ ਗੱਫੇ ਸਿੱਟੀ ਜਾਂਦਾ, ਕੀ ਦੇਤਾ ਬੀਬੀ ਭੱਠਲ ਨੂੰ? ਜੀ ਜੀ ਗਿੱਲ ਸਾਹਿਬ, ਤੁਸੀਂ ਇਹ ਦੇਖੋ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਇਹ ਚਰਚਾ ਚੱਲਦੀ ਆ ਵੀ 2017 ਦੀ ਇਲੈਕਸ਼ਨ ਜਿਹੜੀ ਪ੍ਰਸ਼ਾਂਤ ਕਿਸ਼ੋਰ ਨੇ ਜਿਤਾਈ ਹੈ ਉਹਨੂੰ, ਉਹਦੇ ਚ ਜਿਹੜੇ ਕੈਪਟਨ ਅਮਰਿੰਦਰ ਦੇ ਨਾਲ ਦੇ ਦਾਅਵੇਦਾਰ ਸੀ ਉਹ ਕੱਲੀ ਇਲੈਕਸ਼ਨ ਹੀ ਨੀ ਜਿੱਤੀ, ਉਹ ਸਾਰੇ ਪਾਸੇ ਕਰਕੇ ਬਹਾਤੇ, ਸੁਨੀਲ ਜਾਖੜ, ਬੀਬੀ ਰਜਿੰਦਰ ਕੌਰ ਭੱਠਲ, ਪ੍ਰਤਾਪ ਸਿੰਘ ਬਾਜਵਾ ਤਾਂ ਉਦੋਂ 6 ਮਹੀਨੇ ਪਹਿਲੇ ਘਰੇ ਬਹਾਤਾ ਸੀ, ਲਾਲ ਸਿੰਘ, ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਦੂਲੋਂ ਦਾ ਪਰਿਵਾਰ, ਇਹ ਸਾਰੇ ਕੋਰਨਰ ਕੀਤੇ। ਫਿਰ ਬੀਬੀ ਰਜਿੰਦਰ ਕੌਰ ਭੱਠਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਗੁਹਾਰ ਲਾਈ, ਉਹਨੂੰ ਕੈਬਨਿਟ ਮੰਤਰੀ ਦੀ ਸਹੂਲਤ ਦਿੱਤੀ, ਨਹੀਂ ਤਾਂ ਕੋਠੀ ਖੁੱਸਦੀ ਸੀ। ਔਰ ਫਿਰ ਸਵਾਲ ਇਹ ਖੜਾ ਹੁੰਦਾ ਸੀ ਬਾਦਲਾਂ ਨੇ ਕੋਠੀ ਖੋਹੀ ਨੀ, ਕਪਤਾਨ ਸਾਹਿਬ ਖੋ ਰਹੇ ਨੇ, ਉਹਨੂੰ ਇਹਨਾਂ ਨੇ ਪੰਜਾਬ ਜਿਹੜਾ ਯੋਜਨਾ ਕਮਿਸ਼ਨ ਆ ਉਹਦੀ ਉਪ ਚੇਅਰਮੈਨ ਲਾ ਤਾ, ਕੈਬਨਿਟ ਮੰਤਰੀ ਦਾ ਰੈਂਕ ਦਿੱਤਾ। ਇੱਕ ਅਕਾਲੀ ਦਲ ਦੀ ਸਰਕਾਰ ਸਮੇਂ ਵੀ ਸੀਗਾ ਟਰਾਈਡੈਂਟ ਦਾ ਮਾਲਕ ਰਜਿੰਦਰ ਗੁਪਤਾ, ਉਹਦੀ ਵੀ ਬਰਕਰਾਰ ਰੱਖੀ ਸੀ। ਤਾਂ ਹੁਣ ਬੀਬੀ ਰਜਿੰਦਰ ਕੌਰ ਭੱਠਲ, ਜੀ ਜੀ, ਹੁਣ ਬੀਬੀ ਰਜਿੰਦਰ ਕੌਰ ਭੱਠਲ ਆ ਜਿਹੜੀ, ਉਹਦੀ ਨਵਜੋਤ ਸਿੰਘ ਸਿੱਧੂ ਨੇ ਬੜੀ ਆਓ ਭਗਤ ਕੀਤੀ ਪਿਛਲੇ ਦਿਨਾਂ ਦੇ ਵਿੱਚ, ਜਦੋਂ ਪ੍ਰਧਾਨ ਦੀ ਸਹੁੰ ਚੁੱਕ ਰਿਹਾ ਸੀਗਾ, ਸਭ ਨੇ ਦੇਖਿਆ ਵੀ ਕੈਪਟਨ ਅਮਰਿੰਦਰ ਦੇ ਪੈਰੀਆਂ ਥੀਲਾ ਜਾ ਕੇ ਬੀਬੀ ਭੱਠਲ ਦੇ ਲਾਏ। ਉਦੋਂ ਇੱਕ ਦਿਨ ਪਹਿਲਾਂ ਵੀ ਬੀਬੀ ਭੱਠਲ ਨੂੰ ਕਹਿੰਦਾ ਸੀ ਵੀ ਮੈਂ ਤਾਂ ਇਹਨਾਂ ਦੇ ਹੱਥਾਂ ਚ ਖੇਡਿਆਂਗਾ, ਵੀ ਦੱਸੋ ਜੀ। ਤਾਂ ਹੁਣ ਸਥਿਤੀ ਇਹ ਬਣੀ ਆ ਵੀ ਚਾਹੇ ਤਾਂ ਇਹ ਕਹਿ ਲਓ ਕਿ ਨਵਜੋਤ ਸਿੰਘ ਸਿੱਧੂ ਨੇ ਜਿੰਨੀ ਬੀਬੀ ਭੱਠਲ ਦੀ ਵਿਰੋਧਤਾ ਕੀਤੀ ਕੈਪਟਨ ਅਮਰਿੰਦਰ ਉਹਨਾਂ ਨੇੜੇ ਲਾਉਣ ਦੇ ਐਬਸ ਦੇ ਵਿੱਚ ਚਲਿਆ ਗਿਆ, ਸੋ ਕੈਪਟਨ ਸਾਹਿਬ ਮਿਹਰਬਾਨ ਹੋ ਗਏ ਜੀ, ਅੱਜ 3 ਸਾਲ ਲਈ ਬੀਬੀ ਭੱਠਲ ਦੀ ਐਕਸਟੈਂਸ਼ਨ ਕਰਤੀ, ਉਹਨੂੰ 3 ਸਾਲ ਲਈ ਫਿਰ ਕੈਬਨਿਟ ਦਾ ਰੈਂਕ ਆ ਜਿਹੜਾ ਦੇਤਾ, ਕੋਠੀ ਉਵੇਂ ਮਿਲੀ ਰਹੂ ਚੰਡੀਗੜ੍ਹ ਚ। ਜੀ ਦੇਸ਼ ਪੰਜਾਬ ਦੇ ਚਰੋਖੇ ਚੋਂ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਨੇ। ਅੱਛਾ ਇੱਕ ਗੱਲ ਦੱਸਿਓ ਮੈਨੂੰ, ਦਿੱਲੀ ਵਾਲੇ ਕਹਿੰਦੇ ਅਸੀਂ ਸਾਰਾ ਕੁਛ ਦੇਣ ਨੂੰ ਤਿਆਰ ਹਾਂ, ਬਈ ਸਿਰਫ ਕਾਨੂੰਨ ਬਦਲਣ ਦੀ ਗੱਲ ਨਾ ਕਰੋ, ਫਾਈਲ ਰਹਿਣ ਦਿਓ ਅਤੇ ਵਿੱਚੇ ਸਭ ਕੁਛ ਅਸੀਂ ਬਦਲਣ ਨੂੰ ਤਿਆਰ ਹਾਂ। ਅਤੇ ਦੂਸਰੇ ਬੰਨੇ ਪੰਜਾਬ ਦੇ ਵਿੱਚ ਰਾਜਨੀਤੀ ਦਾ ਜ਼ੋਰ ਬਹੁਤ ਚੜਿਆ ਹੋਇਆ, ਰਾਜਨੀਤੀ ਹੈ ਉਹ ਇਸ ਵਾਲੇ ਪਾਸੇ ਆ ਕਿ ਰਾਜੇ ਵਾਲੋਂ ਹੀ ਗੱਲ ਨਹੀਂ ਸੁਣਦੇ, ਉਹ ਆਪਣੇ ਤਰੀਕੇ ਨਾਲ ਨੇ, ਚੜੂਨੀ ਨੇ ਕੰਮ ਸੂਤ ਕਰ ਲਿਆ ਚੜੂਨੀ ਦੇ ਨਾਲ, ਮੈਨੂੰ ਇਹ ਪਤਾ ਲੱਗਿਆ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਚੜੂਨੀ ਦੇ ਨਾਲ ਨੇ, ਕਿਉਂਕਿ ਸਿੱਖੀ ਸੋਚ 'ਤੇ ਖੜਦਾ ਚੜੂਨੀ, ਅਤੇ ਦੋਨਾਂ ਦੇ ਵਿੱਚ ਇਹ ਫਰਕ ਜਿਹੜਾ ਚੱਲ ਰਿਹਾ। ਪਰ ਕਿਸਾਨ ਇਸ ਦੇ ਵਿੱਚ, ਸਾਡੀ ਜਿਹੜੀ ਬਰਬਾਦੀ ਹੋ ਰਹੀ ਆ ਕਿਸਾਨ ਦੀ, ਉਹਦਾ ਕੁਛ ਹੀਲਾ ਬਣੂ? ਜੀ ਜੀ ਗੱਲ ਸਾਹਿਬ, ਦੇਖੋ ਮਸਲਾ ਬੜਾ ਗੰਭੀਰ ਬਣਿਆ, ਦਿੱਲੀ ਦੀਆਂ ਬਰੂਹਾਂ ਦੇ ਉੱਤੇ ਨਵੰਬਰ ਤੋਂ ਕਿਸਾਨ ਬੈਠੇ ਨੇ, ਮਸਲੇ ਦਾ ਹੱਲ ਆ ਜਿਹੜਾ, ਜੀ ਜੀ, ਮਸਲੇ ਦਾ ਹੱਲ ਆ ਜਿਹੜਾ ਉਹ ਕਿਸੇ ਪਾਸੇ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਕੇਂਦਰ ਸਰਕਾਰ ਆ ਜਿਹੜੀ ਉਹ ਲਗਾਤਾਰ ਸੰਸਦ ਦੇ ਵਿੱਚ ਬਿੱਲ ਤੇ ਬਿੱਲ ਪਾਸ ਕਰਾਈ ਜਾਂਦੀ ਆ। ਕਿਸਾਨਾਂ ਨੇ ਵਿਰੋਧੀ ਪਾਰਟੀਆਂ ਨੂੰ ਕਿਹਾ ਸੀ ਕਿ ਤੁਸੀਂ ਖੇਤੀ ਕਾਨੂੰਨਾਂ ਦੇ ਮਸਲੇ ਤੇ ਸਰਕਾਰ ਘੇਰੋ। ਹੁਣ ਪਤਾ ਨੀ ਇਤਫਾਕ ਬਣਿਆ ਜਾਂ ਕੀ ਮਸਲਾ ਗਾ ਕਿ ਖੇਤੀ ਕਾਨੂੰਨਾਂ ਦੇ ਨਾਲ ਨਾਲ ਉਦੋਂ ਵੱਧ ਚਰਚਾ ਦਾ ਵਿਸ਼ਾ ਗਾ ਜਿਹੜਾ ਇਜ਼ਰਾਈਲੀ ਸੋਫਟਵੇਅਰ ਨਾਲ ਜਸੂਸੀ ਦਾ ਮਸਲਾ ਸੰਸਦ ਚ ਬਣ ਗਿਆ, ਔਰ ਉਸ ਵਿਸ਼ੇ ਦੇ ਉੱਤੇ ਸੰਸਦ ਜਿਹੜੀ ਆ ਉਹ ਘੇਰੀ ਜਾ ਰਹੀ ਆ। ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਤੋਂ ਬਿਨਾਂ ਨੇ, ਉਹ ਸਾਰੀਆਂ ਕਿਸਾਨਾਂ ਦੇ ਮਸਲੇ ਉਠਾ ਰਹੀਆਂ ਨੇ ਸੰਸਦ ਦੇ ਵਿੱਚ। ਲੇਕਿਨ ਇਹ ਲੋਕਤੰਤਰ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ, ਉਹਦੇ ਉੱਤੇ ਵੀ ਸਵਾਲ ਖੜਾ ਹੁੰਦਾ ਗਿੱਲ ਸਾਹਿਬ, ਕਿ ਜਦੋਂ ਸਾਰੀਆਂ ਪਾਰਟੀਆਂ ਵਿਰੋਧ ਕਰ ਰਹੀਆਂ, ਵਿਰੋਧੀ 15-16 ਪਾਰਟੀਆਂ ਨੇ ਲਗਾਤਾਰ ਮੀਟਿੰਗਾਂ ਵੀ ਕੀਤੀਆਂ, ਔਰ ਸੰਸਦ ਦੇ ਵਿੱਚ ਲਗਾਤਾਰ ਹੰਗਾਮਾ ਹੋ ਰਿਹਾ, ਫਿਰ ਵੀ ਬਿੱਲ ਤੇ ਬਿੱਲ ਪਾਸ ਹੁੰਦਾ ਜਾ ਰਿਹਾ, ਔਰ ਬਿਜਲੀ ਬਿੱਲ ਵੀ ਜਿਹੜਾ 2020 ਹੈ ਜਿਹਦੇ ਤਹਿਤ ਖੇਤੀ ਮੋਟਰਾਂ ਦੀ ਸਬਸਿਡੀ ਖਤਮ ਕਰਨ ਦੀ ਨੀਤੀ ਹੈ, ਜਿਹਦੇ ਤਹਿਤ ਦਲਿਤ ਪਰਿਵਾਰਾਂ ਨੂੰ ਜਿਹੜੀ 200 ਯੂਨਿਟ ਮਾਫ਼ ਹੁੰਦੀ ਆ ਉਹ ਖਤਮ ਕਰਨ ਦੀ ਨੀਤੀ ਆ, ਉਹ ਵੀ ਕਿਤੇ ਨਾ ਕਿਤੇ ਜਿਹੜਾ ਲਿਆਂਦਾ ਜਾ ਰਿਹਾ। ਸੋ ਇਹ ਸਾਰੀ ਪਰਿਸਥਿਤੀ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ, ਤਾਂ ਅਜਿਹੇ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਸ ਰਾਜਨੀਤੀ ਦੇ ਵਿੱਚ ਪਾਰਟਿਸਪੇਟ ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਵੱਧ ਰਹੇ ਨੇ। ਹੁਣ ਇਹਦੇ ਤੇ ਜਿਹੜੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਮੀਟਿੰਗ ਕਰਕੇ ਕਿਹਾ ਕਿ ਨਹੀਂ ਆਪਾਂ ਪਾਰਟਿਸਪੇਟ ਨਹੀਂ ਕਰਨਾ, ਨਹੀਂ ਤਾਂ ਇਹ ਜਿਹੜੀਆਂ ਦੂਜੀਆਂ ਰਾਜਨੀਤਿਕ ਪਾਰਟੀਆਂ ਉਹ ਕਹਿਣਗੀਆਂ ਇਹਨਾਂ ਦਾ ਮੰਤਵ ਇਹ ਆਪਣਾ ਅੰਦੋਲਨ ਹੁਣੇ ਲਈ ਹੁਣ ਲੱਥ ਜੂ। ਔਰ ਦੂਸਰੀ ਗੱਲ ਇਹ ਆ ਗਿੱਲ ਸਾਹਿਬ ਕਿ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ, ਇਹ ਗੱਲ ਬਿਲਕੁਲ ਸਹੀ ਆ ਕਿ ਉਸ ਅੰਦੋਲਨ ਦੇ ਵਿੱਚ ਜਿੱਥੇ ਕਿਸਾਨ ਬੈਠੇ ਨੇ ਉੱਥੇ ਅਕਾਲੀ ਦਲ ਦੇ ਵਰਕਰ ਵੀ ਬੈਠੇ ਨੇ, ਉੱਥੇ ਕਾਂਗਰਸ ਦੇ ਵਰਕਰ ਵੀ ਬੈਠੇ ਨੇ, ਉੱਥੇ ਹੋਰ ਰਾਜਨੀਤਿਕ ਪਾਰਟੀਆਂ ਦੇ ਵੀ ਨੇ। ਜੇ ਸਿਆਸੀ ਮਸਲੇ ਵਾਲੇ ਪਾਸੇ ਨੂੰ ਜਾਊ ਮਾਹੌਲ, ਤਾਂ ਕਿਤੇ ਨਾ ਕਿਤੇ ਉਹਨਾਂ ਚ ਵੰਡ ਪਊਗੀ, ਔਰ ਅੰਦੋਲਨ ਆ ਜਿਹੜਾ ਉਹ ਦਵਾਕੇ ਜਿਹੜਾ ਉਹ ਖਤਮ ਹੋ ਸਕਦਾ। ਸੋ ਇਹ ਡਰ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਆ,
क्योंकि पंजाब की जिहड़े स्ट्रक्चर पंजाब का स्ट्रक्चर यह है कि बहुते लोगों को जदों यह पता लग्या कि सियासत वाले पासे नूं जा रहे ने तां किनारा भी कर सकते हैं, बहुते लोग उत्साहित भी हो सकते हैं, दोनों गल्लां ही ने। तां इस गल तों जथेबंदियां ने जिहड़ियां ਉਹ ਅਜੇ ਡਰ ਰਹੀਆਂ ਨੇ। ਨਹੀਂ ਤਾਂ ਗੁਰਨਾਮ ਸਿੰਘ ਚੜੂਨੀ ਵੀ ਇਲੈਕਸ਼ਨ 'ਚ ਪਾਰਟੀਸਪੇਟ ਕਰਦੇ ਨੇ, ਇੱਕ ਵਾਰ ਇਹਨਾਂ ਨੇ ਖੁਦ ਚੋਣ ਲੜੀ ਹੈ, 1200 ਵੋਟ ਪਈ ਸੀ, ਇਹਦੀ ਪਤਨੀ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜੀ ਸੀ। ਤਾਂ ਗੁਰਨਾਮ ਸਿੰਘ ਚੜੂਨੀ ਤੋਂ ਬਿਨਾਂ ਪੰਜਾਬ ਵਾਲੇ ਲੱਖੋਵਾਲ, ਰਾਜੇਵਾਲ, ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਗਰੁੱਪ ਨੇ, ਈਵਨ ਖੱਬੇ ਪੱਖੀਆਂ ਦੇ ਗਰੁੱਪ ਵੀ ਨੇ ਜਿਹੜੇ ਕੁਛ ਪਾਰਟੀਸਪੇਟ ਕਰਦੇ ਨੇ ਇਲੈਕਸ਼ਨ ਦੇ ਵਿੱਚ, ਪਰ ਉਹ ਇਸ ਕਰਕੇ ਹੁਣ ਚੁੱਪ ਦਿਖਾਈ ਦੇ ਰਹੇ ਨੇ ਕਿ ਪੰਜਾਬ ਵੰਡਿਆ ਜਾਊਗਾ। ਸੋ ਇਹ ਕਿਤੇ ਨਾ ਕਿਤੇ ਗੱਲ ਆ ਜਿਹੜੀ ਉਹ ਹੋ ਸਕਦੀ ਆ ਆਉਣ ਵਾਲੇ ਦਿਨਾਂ 'ਚ, ਇਹਦਾ ਪਤਾ ਲੱਗੂ ਕਿ ਜਿਹੜੀ ਗੁਰਨਾਮ ਸਿੰਘ ਚੜੂਨੀ ਪੰਜਾਬ ਦੇ ਵਿੱਚ ਮੁਹਿੰਮ ਚਲਾ ਰਹੇ ਨੇ ਉਹਦਾ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਜ਼ਾਹਰ ਹੋਵੇਗਾ। ਜੀ ਚੰਡੀਗੜ੍ਹ ਦਾ ਅਲੱਗ ਪ੍ਰਸ਼ਾਸਕ ਕਿਉਂ ਲਾ ਰਹੇ ਨੇ ਜੀ? ਜੀ ਠੀਕ ਹੈ ਸਾਹਿਬ, ਇਹ ਅਸਲ ਦੇ ਵਿੱਚ ਨਾ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਨੀਤੀ ਹੈ, ਇੱਕ ਤਜਵੀਜ਼ ਲਿਆਂਦੀ ਜਾ ਰਹੀ ਹੈ, ਜਿਸ ਤਜਵੀਜ਼ ਦੇ ਤਹਿਤ ਚੰਡੀਗੜ੍ਹ ਦਾ ਅਲੱਗ ਪ੍ਰਸ਼ਾਸਕ ਲਾਉਣ ਦੀ ਤਜਵੀਜ਼ ਹੈ। ਹੁਣ ਤੱਕ ਇਹੀ ਹੁੰਦਾ ਆਇਆ ਗਾ ਕਿ ਜਿਹੜਾ ਪੰਜਾਬ ਦਾ ਰਾਜਪਾਲ ਹੁੰਦਾ ਉਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਹੁੰਦਾ ਗਾ। ਸੋ ਹੁਣ ਇਹ ਅਸਲ ਦੇ ਵਿੱਚ ਚੰਡੀਗੜ੍ਹ ਪੰਜਾਬ ਤੋਂ ਬਿਲਕੁਲ ਖੋਹਣ ਦੀ ਹੌਲੀ ਹੌਲੀ ਸਟੈਪ ਬਾਏ ਸਟੈਪ ਤਿਆਰੀ ਆ ਜਿਹੜੀ ਉਹ ਪੁਰਾਣੇ ਸਮੇਂ ਤੋਂ ਆ, ਹੁਣ ਉਹਨੂੰ ਅੰਜਾਮ ਦਿੱਤਾ ਜਾ ਰਿਹਾ ਗਾ। ਹੁਣ ਇਹ ਵੀ ਕਿਹਾ ਜਾ ਰਿਹਾ ਵੀ ਦੇਖੋ ਜੀ ਹਰਿਆਣੇ ਦਾ ਅਲੱਗ ਰਾਜਪਾਲ ਹੈ, ਪੰਜਾਬ ਦਾ ਅਲੱਗ ਆ, ਚੰਡੀਗੜ੍ਹ ਦਾ ਅਲੱਗ ਹੋਊਗਾ। ਹੁਣ ਇਹ ਸਵਾਲ ਕੋਈ ਨੀ ਸੰਬੋਧਿਤ ਹੋ ਰਿਹਾ ਕਿ ਚੰਡੀਗੜ੍ਹ ਵਸਿਆ ਕਿਸ ਥਾਂ ਦੇ ਉੱਤੇ ਹੈ। ਜਦੋਂ ਪੰਜਾਬ ਦੇ ਪਿੰਡਾਂ ਨੂੰ ਜਾੜ ਕੇ ਚੰਡੀਗੜ੍ਹ ਵਸਾਇਆ ਤਾਂ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਬਣਦਾ ਗਾ। ਸੋ ਇਹ ਮਸਲਾ ਤਾਂ ਬਹੁਤ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ, ਪੰਜਾਬ ਦੇ ਪਾਣੀਆਂ ਦਾ ਹੱਕ, ਚੰਡੀਗੜ੍ਹ ਦਾ ਹੱਕ, ਪੰਜਾਬੀ ਬੋਲਦੇ ਇਲਾਕਿਆਂ ਦਾ ਹੱਕ, ਉਹ ਸਟੈਪ ਬਾਏ ਸਟੈਪ ਮਤਲਬ ਸਾਥੋਂ ਹੋਏ ਜਾ ਰਹੇ ਨੇ। ਸੋ ਜੇ ਹੁਣ ਪ੍ਰਸ਼ਾਸਕ ਅਲੱਗ ਲਾਇਆ ਜਾਂਦਾ ਚੰਡੀਗੜ੍ਹ ਦਾ, ਤਾਂ ਸਾਫ ਮਸਲਾ ਵਾ ਕਿ ਪੰਜਾਬ ਨੂੰ ਚੰਡੀਗੜ੍ਹ ਚੋਂ ਧੱਕ ਕੇ ਇੱਧਰ ਕਰਨਾ। ਔਰ ਇਸ ਗੱਲ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਹੁਣ ਤਜਵੀਜ਼ ਲਿਆਂਦੀ ਗਈ ਆ ਤਾਂ ਨਾਲ ਦੀ ਨਾਲ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣਾ ਚਾਹੀਦਾ, ਜੇ ਪ੍ਰਸ਼ਾਸਕ ਅਲੱਗ ਲਾ ਹੀ ਦਿੱਤਾ ਉਦੋਂ ਬਾਅਦ ਮਿਲੇ ਦਾ ਕੀ ਫਾਇਦਾ। ਸੋ ਇਸ ਕਰਕੇ ਇਹ ਮਸਲਾ ਬਹੁਤ ਗੰਭੀਰ ਮਸਲਾ ਗਾ। ਜਿਵੇਂ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਤੋਂ ਅਧਿਕਾਰ ਆ ਜਿਹੜੇ ਉਹ ਉਪ ਰਾਜਪਾਲ ਨੂੰ ਕਨਵਰਟ ਕੀਤੇ ਗਏ, ਔਰ ਹੁਣ ਕਹਿੰਦਾ ਕਿ ਦਿੱਲੀ ਦੇ ਵਿੱਚ ਉਪ ਰਾਜਪਾਲ ਨੂੰ ਵੱਧ ਅਧਿਕਾਰ ਨੇ। ਜਿਸ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਦੋ ਯੂਟੀ ਬਣਾ ਦਿੱਤੀਆਂ ਗਈਆਂ, ਉਸ ਤਰੀਕੇ ਦੇ ਨਾਲ ਚੰਡੀਗੜ੍ਹ ਪਹਿਲਾਂ ਅਲੱਗ ਯੂਟੀ ਬਣਾਇਆ ਗਿਆ, ਹੁਣ ਉਹਦਾ ਪ੍ਰਸ਼ਾਸਕ ਵੀ ਅਲੱਗ ਲਾਇਆ ਜਾਂਦਾ। ਤਾਂ ਜਿਹੜੇ ਮਾੜਾ ਮੋਟਾ ਅਸੀਂ ਕਹਿੰਦੇ ਨਾ ਚੰਡੀਗੜ੍ਹ ਸਾਡਾ, ਉਹ ਵੀ ਕਿਤੇ ਨਾ ਕਿਤੇ ਸਾਨੂੰ ਉੱਥੋਂ ਕਹਿਣਾ ਵੀ ਹਟਾ ਦੇਣਗੇ ਜੀ। ਹਾਂ ਇੱਧਰ ਨੂੰ ਨਹੀਂ ਦੇਖਦੇ, ਆਪਣੀਆਂ ਕੁਰਸੀਆਂ ਦੇ ਲਈ ਪਏ ਨੇ, ਮੈਂ 200 ਯੂਨਿਟਾਂ ਦੇ ਦੂੰ, ਮੈਂ 300 ਯੂਨਿਟਾਂ ਦੇ ਦੂੰ। ਪੰਜਾਬ ਕੰਗਾਲੀ 'ਤੇ ਖੜ੍ਹਾ ਹੈ ਅਤੇ ਤਿਆਰੀ ਹੈ, ਨਿਲਾਮੀ ਵਾਲੇ ਪਾਸੇ ਨੂੰ ਜਾ ਰਹੀ ਹੈ ਗੱਲ, ਇੱਧਰ ਨੂੰ ਨਹੀਂ ਵੇਖਦੇ, ਸਾਡੇ ਹੱਕ ਗਏ। ਅੱਛਾ ਅਖੀਰ ਦੇ ਵਿੱਚ ਓਲੰਪਿਕਸ ਦੀ ਗੱਲ ਕਰਿਓ, ਮੁੰਡਿਆਂ ਨੇ ਕਾਂਸੀ ਦਾ ਤਮਗਾ ਲੈ ਲਿਆ ਅਤੇ ਮਿੱਠਾਪੁਰ ਦੇ 3 ਇਹਦੇ ਵਿੱਚ ਮੁੰਡੇ ਨੇ, ਅਤੇ ਟੀਮ ਦੇ ਲਈ ਕੰਮ ਵੀ ਸਰਾਬ ਪ੍ਰਗਟ ਸਿੰਘ ਨੇ ਬਹੁਤ ਕੀਤਾ, ਅਤੇ ਨਾਲ ਹੀ ਜਿਹੜਾ ਯੂਪੀ ਦੇ ਵਿੱਚ ਮਹਿਲਾ ਹਾਕੀ ਟੀਮ ਦੀ ਇੱਕ ਦਲਿਤ ਜਿਹੜੀ ਪਰਿਵਾਰ ਦੀ ਕੁੜੀ 'ਤੇ ਧੱਕਾ ਹੋਇਆ, ਉਸਦੇ ਪਰਿਵਾਰ ਦੇ ਬਾਹਰ ਹੰਗਾਮਾ ਹੋਇਆ, ਇਹਦੀ ਖਬਰ ਦਿਓ ਜੀ। ਜੀ ਜੀ ਗੱਲ ਸਾਹਿਬ, ਇੱਕ ਤਾਂ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ 41 ਸਾਲਾਂ ਬਾਅਦ ਜਿਹੜੀ ਭਾਰਤੀ ਹਾਕੀ ਟੀਮ ਆ ਉਹਨੇ ਮੈਡਲ ਜਿੱਤਿਆ ਗਾ। ਸੋ ਇਹ ਬਹੁਤ ਚੰਗੀ ਗੱਲ ਹੈ। ਅੱਜ ਭਾਰਤੀ ਹਾਕੀ ਟੀਮ ਨੇ ਜਿਹੜਾ ਉਹ ਕਾਂਸੀ ਦਾ ਮੈਡਲ ਆ ਜਿਹੜਾ ਉਹ ਜਿੱਤਿਆ ਗਾ, ਔਰ 5-4 ਦੇ ਨਾਲ ਭਾਰਤ ਨੇ ਜਰਮਨੀ ਨੂੰ ਜਿਹੜਾ ਉਹ ਹਰਾਇਆ ਗਾ। 2 ਗੋਲ ਸਿਮਰਨਜੀਤ ਸਿੰਘ ਨੇ ਕੀਤੇ ਨੇ, 1 ਹਾਰਦਿਕ ਸਿੰਘ ਨੇ, ਹਰਮਨਪ੍ਰੀਤ ਸਿੰਘ ਨੇ ਤੇ ਰੁਪਿੰਦਰਪਾਲ ਸਿੰਘ ਨੇ ਗੋਲ ਆ ਜਿਹੜੇ ਕੀਤੇ ਨੇ। ਭਾਰਤੀ ਹਾਕੀ ਟੀਮ ਦੇ ਵਿੱਚ 16 ਖਿਡਾਰੀਆਂ 'ਚੋਂ 8 ਪੰਜਾਬ ਦੇ ਨੇ, ਕਪਤਾਨ ਵੀ ਪੰਜਾਬ ਦਾ। ਮਿੱਠਾਪੁਰ ਪਿੰਡ ਜਲੰਧਰ ਜ਼ਿਲ੍ਹੇ ਦਾ ਉਹ ਪਿੰਡ ਹੈ ਜਿੱਥੋਂ ਦੇ 3 ਖਿਡਾਰੀ ਖੇਡਦੇ ਨੇ, ਔਰ ਉਹਨਾਂ 'ਚੋਂ ਮਨਪ੍ਰੀਤ ਸਿੰਘ ਹੀ ਭਾਰਤੀ ਟੀਮ ਦਾ ਜਿਹੜਾ ਕਪਤਾਨ ਹੈ। ਇਹਦੇ ਨਾਲ ਹੀ ਪਿੰਡ ਪੈਂਦਾ ਸੰਸਾਰਪੁਰ ਦੇ ਨਾਲ ਜਿਹੜਾ ਖੁਸਰੋਪੁਰ, ਉਸ ਪਿੰਡ ਦਾ ਹਾਰਦਿਕ ਸਿੰਘ ਉਹ ਵੀ ਉਸੇ ਪਿੰਡ ਦਾ। ਇਹਨੇ 2 ਗੁਆਂਢੀ ਪਿੰਡਾਂ ਦੇ 4 ਮੁੰਡੇ ਭਾਰਤੀ ਹਾਕੀ ਟੀਮ ਨੂੰ ਦਿੱਤੇ, 4 ਹੀ ਅੰਮ੍ਰਿਤਸਰ ਸਾਹਿਬ ਦੇ ਨੇ, ਇੱਕੋ ਜ਼ਿਲ੍ਹੇ ਦੇ, 1 ਨੌਜਵਾਨ ਜਿਹੜਾ ਫਰੀਦਕੋਟ ਦਾ। ਸੋ ਇਹ ਬੜੀ ਪ੍ਰਾਪਤੀ ਹੈ ਜੀ, ਔਰ ਟੋਕੀਓ ਓਲੰਪਿਕ ਦੇ ਵਿੱਚ ਭਾਰਤੀ ਮੁੰਡਿਆਂ ਨੇ, ਖਾਸ ਕਰਕੇ ਪੰਜਾਬ ਦੇ ਗੱਭਰੂਆਂ ਨੇ ਜਿਹੜਾ ਉਹ ਆਪਦਾ ਲੋਹਾ ਮਨਵਾਇਆ ਗਾ, ਆਪਣੇ ਵੱਧ ਮੁੰਡੇ, ਅੱਧੇ ਮੁੰਡੇ ਆਪਣੇ ਪੰਜਾਬ ਦੇ, ਔਰ ਟੀਮ ਸਪੌਂਸਰ ਆ ਜਿਹੜੀ ਉਹ 18 ਕਰ ਗਏ ਸੀ ਉਡੀਸਾ ਵਾਲੇ, ਪੰਜਾਬ ਵਾਲਿਆਂ ਨੇ ਕੀ ਕੀਤਾ। ਸੋ ਹੁਣ ਜ਼ਰੂਰ ਐਲਾਨ ਹੋ ਰਹੇ ਨੇ, ਪੰਜਾਬ ਸਰਕਾਰ ਨੇ ਕਿਹਾ 1-1 ਕਰੋੜ ਇਹਨਾਂ ਖਿਡਾਰੀਆਂ ਨੂੰ ਦੇਵਾਂਗੇ, ਹਰਿਆਣੇ ਵਾਲਿਆਂ ਨੇ ਇਦੋਂ ਵੱਧ ਕੇ ਕਹਿਤਾ 2.5 ਕਰੋੜ ਦੇਵਾਂਗੇ ਜਿਹੜੇ ਹਾਕੀ 'ਚ ਹਰਿਆਣੇ ਦੇ ਖਿਡਾਰੀ ਖੇਡਦੇ ਨੇ ਉਹਨਾਂ ਨੂੰ। ਇਸ ਤੋਂ ਇਲਾਵਾ ਗਿੱਲ ਸਾਹਿਬ, 5 ਮੈਡਲ ਹੁਣ ਤੱਕ ਜਿੱਤੇ ਨੇ ਭਾਰਤ ਨੇ, ਉਹਨਾਂ 'ਚੋਂ 3 ਕੁੜੀਆਂ ਨੇ ਜਿੱਤੇ ਨੇ ਜੀ, ਔਰ 1 ਜਿਹੜਾ ਮੈਡਲ ਆ ਉਹ ਅੱਜ
कुश्ती दे विच हरियाणा दे नौजवान रवि दहिया ने सिल्वर मैडल आ जिहड़ा जित्तिया गा। जिहड़ा उत्तर प्रदेश दे विच घटना वापरी है, देखो बहुत मंदभागी घटना हैगी और उत्तर प्रदेश दे विच जातवाद किस तरीके दे नाल पिछले समय दे विच होर भी वध रूप दे विच जिहड़ा उह सामने आया गा, इस गल तों अंदाजा लाया जा सकदा। भारत की हाकी टीम दे विच एक कुड़ी खेडदी है वंदना कटारिया, उत्तर प्रदेश के हरिद्वार के नेड़े एक पिंड पैंदा रोशनाबाद, उस पिंड की कुड़ी है। जदों भारत की हाकी टीम है जिहड़ा मैच पिछले कल हारी तो उस तो बाद कुछ मुंडे ना कहीए मुस्टंडे कहीए वो कट्ठे हुए, कट्ठे होकर जाके उन्होंने बार च उन्होंने पटाखे चलाए, हंगामा किया, शर्टा ला के जिहड़ा वो नचण लग गए और उन्होंने मतलब कहा कि जिहड़ी भारतीय टीम आ उहदे विच जे कुड़ी सी तां भारतीय टीम है जिहड़ी वो हारी आ, तो यह माड़ी गल है जी। और ये हुण केस भी रजिस्टर होया कुड़ी दे कहण दे उत्ते, उन्होंने सख्त सजा जिहड़ी देनी बनती है। एक गरीब घर की कुड़ी किन्नियां मुश्किलां दे विचों लंघ के भारत की हाकी टीम च सिलेक्ट हुई हो, तो वह कुड़ी जिहड़ी ओलंपिक दे विच खेड रही है एक गरीब दलित परिवार दे विच उठ के, कित्थे तां मतलब उसनों एप्रीशिएट करना बनता है कि इस परिवार की मतलब किस किन्नी देन है, किन्नी उहदे मां प्यो की देन है, उहनूं एक मॉडल के तौर के उत्ते विकसित करना बनता ता कि देश दीआं जिहड़ीआं दलित परिवारां दीआं होर कुड़ियां ने वह भी उत्साहित होकर अगे वधन, कित्थे मतलब उसके परिवार को जाके तंग परेशान आ जिहड़ा वह किया गया। तो ये सख्त कार्रवाई होनी चाहिए है जी, और उत्तर प्रदेश के मुख्यमंत्री योगी आदित्यनाथ को इस विषय के उत्ते खिंचा जाना चाहिए जी। गल साहब धन्यवाद जी, कल सवेरे फिर गलबात होएगी, शुभ शाम। शुक्रिया गिल साहब, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਰਦਾਰ ਨਵਕਿੰਦ ਸਿੰਘ ਪੱਤੀ ਬਰਨਾਲਿਓਂ ਪੱਤੀ ਸੇਖਵਾਂ ਤੋਂ ਗੱਲਬਾਤ ਕਰ ਰਹੇ ਸੀ। ਸਾਰਿਆਂ ਦਾ ਧੰਨਵਾਦ ਜੀ ਦੁਆਰਾ ਫੇਰ ਇੱਕ ਵਾਰ। ਹੁਣ ਮੇਰੇ ਨਾਲ ਕਰਨ ਹੁਣੀ ਗੱਲਬਾਤ ਕਰਨਗੇ ਰਿਸ਼ਤਾ ਡਿਪੂ ਤੋਂ। ਜ਼ਿੰਦਗੀ ਇੰਨੀ ਤੇਜ਼ ਹੋ ਗਈ ਆਪਣਾ ਜੀਵਨ ਸਾਥੀ ਚੁਣਨ ਦੇ ਲਈ, ਹੁਣ ਦੇ ਸਮੇਂ ਦੇ ਹਾਣੀ ਬਣ ਕੇ, ਪਹਿਲਾਂ ਵੀ ਔਨਲਾਈਨ ਡੇਟਿੰਗਸ ਅਤੇ ਇਸ ਤਰ੍ਹਾਂ ਦੀਆਂ ਵੈਬਸਾਈਟ ਸੀ, ਪਰ ਜਿਉਂ ਜਿਉਂ ਸਮਾਂ ਜਾਂਦਾ ਤਿਉਂ ਤਿਉਂ ਜਿੱਥੇ ਸਾਡੀ ਕਮਿਊਨਿਟੀ ਐਸਟੈਬਲਿਸ਼ ਹੋ ਰਹੀ ਹੈ ਤਾਂ ਸਪੈਸੀਫਿਕਲੀ ਆਪਣੀ ਕਮਿਊਨਿਟੀ ਦੇ ਮੱਦੇਨਜ਼ਰ ਕੁਛ ਫੈਸਿਲਿਟੀਜ਼ ਜਿਹੜੀਆਂ ਨੇ ਜੇ ਬਿਜ਼ਨਸ ਪਲਾਨ ਨੇ ਉਹ ਸ਼ੁਰੂ ਹੁੰਦੇ ਨੇ। ਰਿਸ਼ਤਾ ਡਿਪੂ ਤੋਂ ਕਰਨ ਹੋ ਰਹੀ ਨੇ, ਉਹਨਾਂ ਨੂੰ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਮੇਲ ਫਿਰ ਮਿਲਦੇ ਨੇ, ਕਿਸ ਤਰ੍ਹਾਂ ਇਹ ਸੰਯੋਗ ਇਕੱਠੇ ਹੁੰਦੇ ਨੇ। ਕਰਨ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ ਹਰਜੀਤ ਭਾਅ ਜੀ, ਐਂਡ ਥੈਂਕ ਯੂ ਵੈਰੀ ਮੱਚ ਫੋਰ ਇਨਵਾਈਟਿੰਗ ਮੀ ਟੂ ਦਾ ਸ਼ੋ ਐਂਡ ਸ਼ੇਰੇ ਪੰਜਾਬ ਦੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਧੰਨਵਾਦ ਬਹੁਤ ਬਹੁਤ। ਨੌਂ ਬੜਾ ਵਧੀਆ ਅੱਜ ਜਾਂ ਸਵੇਰੇ ਸਕੈਜੂਲ ਦੱਸਿਆ ਰੋਮਨ ਨੇ ਅਤੇ ਮੈਂ ਕਿਹਾ ਬਈ ਸਵਾਦ ਆ ਗਈ ਗੱਲ ਦਾ, ਤਾਂ ਨੌਂ ਬਹੁਤ ਵਧੀਆ। ਅੱਛਾ ਰਿਸ਼ਤਾ ਡਿਪੂ ਦੇ ਬਾਰੇ ਦੱਸੋ ਜੀ, ਇਸ ਨੂੰ ਸ਼ੁਰੂ ਕਰਨ ਦੀ ਕੀ ਸਟੋਰੀ ਕੀ ਹੈ? ਬਿਲਕੁਲ ਹਰਜੀਤ ਭਾਜੀ, ਰਿਸ਼ਤੇ ਹੀ ਰਿਸ਼ਤੇ ਸਿਰਫ ਰਿਸ਼ਤਾ ਡੀਪੋ ਡੋਟ ਕੋਮ ਤੇ। ਭਾਜੀ ਰਿਸ਼ਤਾ ਡੀਪੋ ਡੋਟ ਕੋਮ ਇੱਕ ਬਹੁਤ ਵੱਡੀ ਮੈਟ੍ਰੀਮੋਨੀਅਲ ਵੈਬਸਾਈਟ ਹੈ ਜਿਸ ਦੇ ਵਿੱਚ ਕਿ ਤੁਸੀਂ ਪ੍ਰੋਫੈਸ਼ਨਲ ਮੈਚ ਮੇਕਰਸ ਦੀ ਹੈਲਪ ਦੇ ਨਾਲ ਆਪਣੇ ਲਈ ਜਾਂ ਆਪਣੇ ਬੇਟਾ ਬੇਟੀ ਲਈ ਇੱਕ ਚੰਗੇ ਜੀਵਨ ਸਾਥੀ ਦੀ ਤਲਾਸ਼ ਵਿੱਚ ਹੋ। ਅੱਛਾ ਜੀ। ਸੋ ਇਸ ਨੂੰ ਸ਼ੁਰੂ ਕਰਨ ਦਾ ਕੀ ਮਕਸਦ ਸੀ ਕਿ ਦੇਖੋ ਇਹਨਾਂ ਕੰਟਰੀਜ਼ ਦੇ ਵਿੱਚ ਆਪਣੇ ਕੋਲ ਰਿਸ਼ਤੇ ਲੱਭਣੇ ਅੱਜ ਦੀ ਡੇਟ 'ਚ ਬਹੁਤ ਮੁਸ਼ਕਿਲ ਨੇ। ਰੀਜ਼ਨ ਕੀ ਹੈ ਉਹਦਾ ਕਿ ਬਿਜ਼ੀ ਲਾਈਫ ਸਟਾਈਲ ਹੋਣ ਦੇ ਨਾਲ ਨਾਲ ਆਪਣੇ ਕੋਲ ਟਾਈਮ ਦੀ ਵੀ ਬਹੁਤ ਕਮੀ ਹੈ ਤੇ ਕਈ ਵਾਰੀ ਇਹ ਦੇਖਿਆ ਗਿਆ ਕਿ ਜਦੋਂ ਆਪਾਂ ਸਰਚ ਸ਼ੁਰੂ ਕਰ ਰਹੇ ਹੁੰਦੇ ਹਾਂ ਤੇ ਆਪਣੇ ਸਰਕਲ ਦੇ ਵਿੱਚ ਪ੍ਰੈਫਰੈਂਸਿਸ ਅਕੋਰਡਿੰਗ ਸਹੀ ਰਿਸ਼ਤੇ ਵੀ ਨਹੀਂ ਮਿਲ ਪਾਉਂਦੇ ਜੀ। ਆਪਣੇ ਸਰਕਲ ਦੇ ਵਿੱਚ ਕਈ ਵਾਰੀ ਇਹਨਾਂ ਰਿਸ਼ਤੇ ਹੀ ਨਹੀਂ ਹੁੰਦੇ ਆਪਣੇ ਬੇਟਾ ਬੇਟੀ ਵਾਸਤੇ ਜਿੱਤੋਂ ਜਾਂ ਆਪਣੇ ਖੁਦ ਵਾਸਤੇ ਦੇਖ ਰਹੇ ਹੁੰਦੇ ਹਾਂ, ਕਿਉਂਕਿ ਹਰ ਕੋਈ ਪਹਿਲਾਂ ਆਪਣੇ ਸਰਕਲ ਦੇ ਵਿੱਚ ਹੀ ਟਰਾਈ ਕਰਦਾ ਜੀ। ਸੋ ਜਿਸ ਕਰਕੇ ਮੈਂ ਦੇਖਿਆ ਕਿ ਕਮਿਊਨਿਟੀ ਦੇ ਵਿੱਚ ਕਾਫੀ ਮੈਂ ਵੀ ਵਿਚ ਰਿਹਾ ਕਿ ਮੈਰਿਜਸ ਬਹੁਤ ਡਿਲੇ ਹੋ ਰਹੀਆਂ ਨੇ। ਬਿਲਕੁਲ ਹੋ ਰਹੀ। ਮੈਂ ਭਾਜੀ ਪਿਛਲੇ ਹਫਤੇ ਹੀ ਇੱਕ ਮੈਂ ਅਮੈਰੀਕਨ ਰਿਸਰਚ ਪੜ੍ਹ ਰਿਹਾ ਸੀ ਜਿਹਦੇ ਵਿੱਚ ਦੱਸਿਆ ਗਿਆ ਵੈਰੀ ਕਲੀਅਰਲੀ ਕਿ ਪਹਿਲਾਂ ਜਿੱਥੇ ਏਜ 23 ਸਾਲ ਦੀ ਸੀ ਇੱਕ ਸਹੀ ਰਿਸ਼ਤਾ ਲੱਭਣ ਦੀ ਜਦੋਂ ਸਟਾਰਟ ਕਰਦੇ ਹੁੰਦੇ ਸੀ, ਅੱਜ ਦੀ ਡੇਟ 'ਚ ਉਹੀ 28-29 ਸਾਲ ਹੋ ਚੁੱਕੇ, ਜਿਸ ਕਰਕੇ ਮੈਰਿਜਸ ਡਿਲੇ ਹੋ ਰਹੀਆਂ ਨੇ, ਫੈਮਿਲੀ ਪਲੈਨਿੰਗ ਅੱਗੇ ਡਿਲੇ ਹੋ ਰਹੀ ਹੈ ਜੀ, ਤੇ ਐਜ਼ ਅ ਰਿਜ਼ਲਟ ਫੈਮਿਲੀਜ਼ ਦੇ ਵਿੱਚ ਸਟ੍ਰੈਸ ਵੱਧ ਰਿਹਾ ਹੈ। ਸਾਨੂੰ ਬਹੁਤ ਪੇਰੈਂਟਸ ਦੀ ਕਾਲਸ ਆਉਂਦੀਆਂ ਨੇ ਜਾਂ ਲੜਕੀ ਦੀਆਂ ਖੁਦ ਵੀ ਆਉਂਦੀਆਂ ਨੇ, ਪਰਿਵਾਰਾਂ ਦੇ ਵਿੱਚ ਇਨਸਟੇਬਿਲਿਟੀ ਵੱਧ ਰਹੀ ਹੈ ਉਹਨਾਂ ਚੀਜ਼ਾਂ ਕਰਕੇ, ਕਿਉਂਕਿ ਜਦੋਂ ਜਦੋਂ ਉਮਰ ਵੱਧਦੀ ਜਾਂਦੀ ਹੈ ਰਿਸ਼ਤੇ ਘੱਟਦੇ ਜਾਂਦੇ ਨੇ ਤੇ ਪੇਰੈਂਟਸ ਸਪੈਸ਼ਲੀ ਦੇ ਫੀਲ ਬਰਡਨਡ
कि असी सही टाइम ते विद ऑल देयर गुड इंटेंशंस दे वांट टू सी कि असी बच्चियां लई हेल्प करिए रिश्ते लभण दे विच उहनां नूं सही टाइम ते एक जीवन साथी लभ के दिए, लेकिन कित्थों सर्च शुरू करिए? दैट्स ऑलवेज द क्वेश्चन इन देयर माइंड। जी जी, लेकिन ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ, ਰਿਸ਼ਤਾ ਡੀਪੋ ਡੋਟ ਕੋਮ ਇਹੀ ਸੋਲੂਸ਼ਨ ਤੁਹਾਡੀ ਜ਼ਿੰਦਗੀ ਚ ਲੈ ਕੇ ਆਇਆ ਹੈ। ਸੋ ਵੀ ਹੈਵ ਭਾਜੀ ਟੀਮ ਆਫ ਪ੍ਰੋਫੈਸ਼ਨਲ ਮੈਚ ਮੇਕਰ, ਜਿਹਨੂੰ ਪੁਰਾਣੇ ਜ਼ਮਾਨੇ ਚ ਵਿਚੋਲੇ ਕਿਹਾ ਜਾਂਦਾ, ਰਾਈਟ? ਹੁਣ ਕੰਪਿਊਟਰ ਤੇ ਬੈਠੇ ਨੇ। ਸੋ ਵੀ ਹੈਵ ਟੀਮ ਆਫ 32 ਪ੍ਰੋਫੈਸ਼ਨਲ ਮੈਚ ਮੇਕਰ ਜਸਟ ਅਲੋਨ ਇਨ ਕੈਨੇਡਾ, ਜੋ ਕਿ ਵੈਲ ਐਜੂਕੇਟਡ ਨੇ, ਮਚੋਰ ਨੇ, ਪ੍ਰੋਫੈਸ਼ਨਲ ਨੇ, ਸਾਰੀਆਂ ਤੁਹਾਡੀਆਂ ਪ੍ਰੈਫਰੈਂਸਿਸ ਮਿਲਾ ਕੇ ਹੈਂਡ ਪਿਕ ਕਰਕੇ ਰਿਸ਼ਤਾ ਸਿਰਫ ਤੇ ਸਿਰਫ ਉਹ ਹੀ ਦਿਖਾਉਂਦੇ ਨੇ ਜਿੱਥੇ ਗੱਲਬਾਤ ਬਣ ਸਕੇ ਵਿਦਆਊਟ ਵੇਸਟਿੰਗ ਐਨੀ ਟਾਈਮ ਐਂਡ ਐਫਰਟ। ਸੋ ਇਹਦੇ ਨਾਲ ਕੀ ਹੁੰਦਾ ਕਿ ਬਹੁਤ ਤੁਹਾਡੀ ਚਾਂਸਿਸ ਵੱਧ ਜਾਂਦੇ ਨੇ ਕਿ ਜਲਦ ਤੋਂ ਜਲਦ ਤੁਹਾਡਾ ਰਿਸ਼ਤਾ ਡਨ ਹੋਣ ਦੇ। ਤੇ ਇਹ ਨਾਲ ਦੀ ਨਾਲ ਹਰਜੀਤ ਭਾਜੀ ਇੱਕ ਪ੍ਰਾਈਵੇਟ ਸਰਚ ਵੀ ਹੈ, ਵਿਚ ਮੀਨਸ ਕਿ ਸਾਡੇ ਕੋਲ ਬਹੁਤ ਐਵਰੀ ਡੇ ਰਜਿਸਟ੍ਰੇਸ਼ਨ ਹੁੰਦੀਆਂ ਨੇ, ਲੋਇਰਸ, ਡਾਕਟਰਸ, ਅਕਾਊਂਟੈਂਟਸ, ਓਪੀਪੀ, ਪੁਲਿਸ ਆਫਿਸਰਸ, ਜੋ ਕਿ ਕੰਫਰਟੇਬਲ ਮਹਿਸੂਸ ਕਰਦੇ ਨੇ ਨੋਇੰਗ ਕਿ ਉਹਨਾਂ ਦੀ ਇਨਫੋਰਮੇਸ਼ਨ, ਉਹਨਾਂ ਦੀਆਂ ਪਿਕਚਰਸ ਪ੍ਰਾਈਵੇਟ ਰੱਖੀਆਂ ਜਾਂਦੀਆਂ ਨੇ, ਵਿਚ ਮੀਨਸ ਕਿ ਬਿਨਾਂ ਕੋਈ ਹੈਜੀਟੇਸ਼ਨ ਤੁਸੀਂ ਸਾਨੂੰ ਸਾਡੇ ਨਾਲ ਜੁਆਇਨ ਕਰ ਸਕਦੇ ਹੋ। ਕਿਸੇ ਥਰਡ ਪਰਸਨ ਨੂੰ ਪਤਾ ਨਹੀਂ ਹੋਏਗਾ ਕਿ ਤੁਸੀਂ ਰਿਸ਼ਤਾ ਦੇਖ ਰਹੇ ਹੋ, ਬਿਕੋਜ਼ ਵੀ ਬਿਲੀਵ ਦੈਟ ਇਟਸ ਅ ਪਰਸਨਲ ਮੈਟਰ ਫੋਰ ਐਵਰੀਵਨ। ਅੱਛਾ ਕਰਨ, ਮੈਂ ਪਿਛਲੇ ਦਿਨੀ ਇਸ ਤਰ੍ਹਾਂ ਹੀ ਗੱਲਬਾਤ ਕਰ ਰਿਹਾ ਸੀ ਕੁਝ ਨੌਜਵਾਨ ਮੁੰਡੇ ਜਿਹੜੇ ਇੱਥੇ ਦੇ ਜੰਪਲ ਨੇ, ਜਿਹੜੇ ਪ੍ਰੋਫੈਸ਼ਨਲ, ਜਿਨ੍ਹਾਂ ਨੇ ਡਿਗਰੀਜ਼ ਕਰ ਲਈਆਂ ਆਪਣੀਆਂ, ਪ੍ਰੋਫੈਸ਼ਨਲ ਨੇ, ਉਹਨਾਂ ਨੇ ਕੁੜੀਆਂ ਸੇਮ ਪ੍ਰੋਫੈਸ਼ਨ 'ਚ ਲੱਭੀਆਂ। ਮੈਂ ਕਿਹਾ ਵੀ ਇਹ ਤੁਸੀਂ ਕਿਵੇਂ ਬਣਾਇਆ ਮੇਲ? ਉਹ ਕਹਿੰਦਾ, ਉਹ ਇੱਕ ਮੁੰਡਾ ਬੈਠਾ ਕਹਿੰਦਾ, ਅੰਕਲ ਹੁਣ ਸਾਡੀਆਂ ਸਾਈਟਸ ਨੇ, ਮੇਰਾ ਖਿਆਲ ਸ਼ਾਇਦ ਬਬਲ ਵੀ ਵਗੈਰਾ ਕੁਛ ਇਹੋ ਜਿਹਾ ਦੱਸ ਰਿਹਾ ਸੀ, ਮੈਂ ਭੁੱਲ ਗਿਆ, ਕਹਿੰਦਾ ਵੀ ਉੱਥੇ, ਹਾਂ ਵੀ ਉੱਥੇ ਜਿਹੜੀਆਂ ਅਸੀਂ ਕੁੜੀਆਂ ਦੇ ਬੇਸਿਕਲੀ ਪ੍ਰੋਫਾਈਲ ਰਹਿੰਦੇ ਆ, ਮੁੰਡਿਆਂ ਦੇ ਨਹੀਂ ਰਹਿੰਦੇ, ਉੱਥੇ ਅਸੀਂ ਸੇਮ ਪ੍ਰੋਫੈਸ਼ਨ ਦੇ ਵਿੱਚ ਇੱਕ ਦੂਜੇ ਨੂੰ ਲੱਭਦੇ ਹਾਂ। ਹਾਂ, ਪਹਿਲਾਂ ਫਸਟ ਲੱਭਣ ਤੋਂ ਬਾਅਦ ਫਿਰ ਸਾਡੀਆਂ ਅੱਗੇ ਅਸੀਂ ਮਿਲਦੇ ਹਾਂ ਜਾਂ ਨਹੀਂ ਉਹ ਅਲੱਗ ਗੱਲ ਆ, ਪਰ ਪ੍ਰਾਇਓਰਟੀ ਇਹ ਹੋ ਗਈ ਵੀ ਸੇਮ ਪ੍ਰੋਫੈਸ਼ਨ 'ਚ ਇਕੱਠੇ ਰਹਾਂਗੇ, ਇਕੱਠੇ ਕੰਮ ਕਰਾਂਗੇ। ਇਹ ਇੱਕ ਨਵੀਂ ਗੱਲ ਸ਼ੁਰੂ ਹੋਈ ਹੈ। ਸੋ ਇਹ ਰਿਸ਼ਤਾ ਡੀਪੂ 'ਚ ਵੀ ਇਸ ਤਰ੍ਹਾਂ ਹੀ ਇਹਨੂੰ ਕੰਸਿਡਰ ਕਰਦੇ ਹੋ? ਐਬਸੋਲੂਟਲੀ। ਦੇਖੋ ਭਾਜੀ, ਹਰ ਕਿਸੇ ਦੀ ਡਿਫਰੈਂਟ ਰਿਕੁਆਇਰਮੈਂਟ ਹੈ, ਪ੍ਰੈਫਰੈਂਸਿਸ ਹੈ। ਅਸੀਂ ਪਿਛਲੇ ਵੀਕ ਇੱਕ ਇੱਥੇ ਹੀ ਆਪਣੇ ਰਿਸ਼ਤਾ ਜੋੜਿਆ, ਡਾਕਟਰ ਸੀ ਲੜਕੀ, ਅੱਛਾ, ਰਾਈਟ? ਤੇ ਉਹ ਸਿਰਫ ਦੇਖ ਰਹੇ ਸੀ ਕਿ ਸਾਨੂੰ ਜੱਟ ਸਿੱਖ ਪਰਿਵਾਰ ਚੋਂ ਜਾਂ ਤੇ ਸਾਨੂੰ ਡਾਕਟਰ ਲੜਕਾ ਚਾਹੀਦਾ ਜਾਂ ਸਾਨੂੰ ਸਰਜਨ ਚਾਹੀਦਾ, ਰਾਈਟ? ਤੇ ਉਹਨਾਂ ਦੀ ਸਿਰਫ ਰਿਕੁਆਇਰਮੈਂਟ ਮੈਡੀਕਲ ਫੀਲਡ ਦੇ ਵਿੱਚ ਹੀ ਸੀ। ਲੇਕਿਨ ਸਾਡੇ ਕੋਲ ਆਨ ਦਾ ਅਦਰ ਸਾਈਡ ਉਹਨਾਂ ਦਾ ਅਸੀਂ ਫਿਰ ਤਿੰਨ ਚਾਰ ਰਿਸ਼ਤੇ ਦਿਖਾਏ, ਪਸੰਦ ਨਹੀਂ ਕੋਈ ਆਇਆ, ਪੰਜਵਾਂ ਰਿਸ਼ਤਾ ਦਿਖਾਇਆ ਭਾਜੀ, ਵਿਦ ਇਨ 2 ਮੰਥਸ ਦੇ ਵਿੱਚ ਉਹਨਾਂ ਦੀ ਗੱਲਬਾਤ ਬਣ ਗਈ। ਵੈਰੀ ਗੁੱਡ। ਸੋ ਇਸੇ ਤਰੀਕੇ ਦੇ ਨਾਲ ਹੀ ਬਹੁਤ ਸਾਡੇ ਕੋਲ ਕਲਾਇੰਟਸ ਇਹੋ ਜਿਹੇ ਵੀ ਆਉਂਦੇ ਨੇ। ਹੁਣ ਇੱਕ ਰੀਸੈਂਟਲੀ ਪਰਸੋਂ ਦੀ ਗੱਲ ਆ, ਓਪੀਪੀ ਪੁਲਿਸ ਆਫਿਸਰ ਆਏ, ਕਹਿੰਦੇ ਕਿ ਪੁਲਿਸ ਨੂੰ ਛੱਡ ਕੇ ਤੁਸੀਂ ਹੋਰ ਜਿਹੜਾ ਮਰਜ਼ੀ ਪ੍ਰੋਫੈਸ਼ਨ ਦੇਖ ਲਓ। ਮੈਂ ਕਿਹਾ ਜੀ ਉਹ ਕਿਉਂ? ਕਹਿੰਦੇ ਵੀ ਸਾਡੀਆਂ ਡੇ ਨਾਈਟ ਬਹੁਤ ਕਈ ਵਾਰੀ ਆਡ ਸ਼ਿਫਟਸ ਹੁੰਦੀਆਂ ਨੇ, ਤੇ ਵੀ ਵਾਂਟ ਕਿ ਇੱਕ ਉਹਨਾਂ ਦੀ ਐਟਲੀਸਟ ਇੱਕ ਪਾਰਟਨਰ ਦੀ ਲਾਈਫ 'ਚ ਥੋੜੀ ਸਟੇਬਿਲਿਟੀ ਜ਼ਿਆਦਾ ਹੋਵੇ। ਸੋ ਹਰ ਕਿਸੇ ਦੀ ਪ੍ਰੈਫਰੈਂਸਿਸ ਅਲੱਗ ਅਲੱਗ ਆ। ਦੇਖੋ ਜੀ, ਜਿਹੜੀਆਂ ਵੈਬਸਾਈਟਸ ਤੇ ਹੋਰ ਵੀ ਹੈਗੀਆਂ ਨੇ, ਲੇਕਿਨ ਦਿਸ ਇਜ਼ ਅ ਪਰਸਨਲਾਈਜ਼ਡ ਸਰਵਿਸ ਜਿਹਦੇ ਵਿੱਚ ਕਿ ਤੁਸੀਂ ਪੰਜਾਬੀ ਸਪੀਕਿੰਗ ਮੈਚ ਮੇਕਰ ਦੇ ਨਾਲ ਗੱਲਬਾਤ ਕਰ ਸਕਦੇ ਹੋ, ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਕਿਸ ਤਰ੍ਹਾਂ ਦੇ ਰਿਸ਼ਤੇ ਦੇਖਣੇ ਆ, ਕਿਸ ਤਰ੍ਹਾਂ ਦੇ ਨਹੀਂ ਦੇਖਣੇ, ਤੁਸੀਂ ਕੀ ਤੁਹਾਡੀ ਪਸੰਦ ਹੈ, ਕੀ ਤੁਹਾਡੀ ਨਾ ਪਸੰਦ ਹੈ। ਸੋ ਇੱਕ ਤੁਹਾਡੇ ਨਾਲ ਲਾਈਵ ਹਿਊਮਨ ਬੀਇੰਗ ਮੈਚ ਮੇਕਰ ਤੁਹਾਡੇ ਨਾਲ ਗੱਲਬਾਤ ਕਰਨਗੇ, ਤੁਹਾਨੂੰ ਅਸਿਸਟ ਕਰਨਗੇ ਫੋਰ ਦਾ ਡਿਊਰੇਸ਼ਨ ਆਫ ਯੂਰ ਮੈਂਬਰਸ਼ਿਪ, ਤੇ ਤੁਹਾਡੇ ਨਾਲ ਅੱਗੇ ਅੱਛੇ ਅੱਛੇ ਰਿਸ਼ਤੇ ਸ਼ੇਅਰ ਕਰਨਗੇ, ਕਿਉਂਕਿ ਉਹਨਾਂ ਨੂੰ ਬਹੁਤ ਐਕਸਪੀਰੀਅੰਸ ਹੈ ਸਾਡੇ ਮੈਚ ਮੇਕਰਸ ਨੂੰ। ਤੇ ਰਿਸ਼ਤੇ ਸਿਰਫ ਤੇ ਸਿਰਫ, ਲਾਈਕ ਆਈ ਸੈਡ ਬਿਫੋਰ, ਉਹ ਹੀ ਸ਼ੇਅਰ ਕੀਤੇ ਜਾਂਦੇ ਨੇ ਜਿੱਥੇ ਸਾਨੂੰ ਲੱਗੇ ਵੀ 99% ਗੱਲਬਾਤ ਬਣ ਸਕਦੀ। ਅੱਛਾ, ਅਖੀਰ ਦੇ ਵਿੱਚ ਇਹ ਦੱਸਿਓ, ਸ਼ੁਰੂਆਤ ਕਰਨ ਤੋਂ ਮੁੰਦੀ ਪਵਾਉਣ ਤੱਕ ਫਿਰ ਕੰਮ ਕਿਵੇਂ ਚੱਲਦਾ? ਅਖੀਰ ਦੇ ਵਿੱਚ ਜੇ ਕਿਸੇ ਨੇ ਅੱਜ ਇਨਰੋਲ ਕਰਨਾ, ਸ਼ੁਰੂਆਤ ਕਰਨੀ ਹੈ, ਸਮਝਾ ਦਿਓ। ਐਬਸੋਲੂਟਲੀ ਭਾਜੀ, ਇਟਸ ਵੈਰੀ ਵੈਰੀ ਸਿੰਪਲ। ਤੁਸੀਂ ਹੁਣੇ ਫੋਨ ਚੱਕੋ ਤੇ ਸਾਨੂੰ ਕਾਲ ਕਰੋ 604-628-0505, 604-628-0505,
0505 ਤੁਸੀਂ ਹੁਣੇ ਸਾਨੂੰ ਕਾਲ ਕਰ ਸਕਦੇ ਹੋ ਜਾਂ ਤੁਸੀਂ ਡਾਇਰੈਕਟਲੀ rishtadepo.com ਵੈਰੀ ਈਜ਼ੀ ਨਾਮ ਜਿਸ ਤਰ੍ਹਾਂ ਹੋਮ ਡਿਪੋ ਹੈ rishtadepo.com ਤੇ ਜਾ ਕੇ ਤੁਸੀਂ ਆਪਣੇ ਜਾਂ ਆਪਣੇ ਬੇਟਾ ਬੇਟੀ ਦੀ ਪ੍ਰੋਫਾਈਲ ਬਣਾ ਸਕਦੇ ਹੋ ਤੁਸੀਂ ਸਾਡੇ ਮੈਚ ਮੇਕਰਸ ਦੇ ਨਾਲ ਰਾਬਤਾ ਕਰ ਸਕਦੇ ਹੋ ਆਪਣੀਆਂ ਪ੍ਰੈਫਰੈਂਸਿਸ ਦੱਸ ਸਕਦੇ ਹੋ ਫਿਰ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਤੁਹਾਡੀਆਂ ਪ੍ਰੈਫਰੈਂਸਿਸ ਅਕੋਰਡਿੰਗ ਅੱਛੇ ਅੱਛੇ ਰਿਸ਼ਤੇ ਹੈ ਜਾਂ ਨਹੀਂ ਅਗਰ ਸਾਡੇ ਕੋਲ ਇਨਫ ਰਿਸ਼ਤੇ ਹੋਣਗੇ ਅਸੀਂ ਫਿਰ ਅੱਗੇ ਮੈਂਬਰਸ਼ਿਪ ਤੁਹਾਨੂੰ ਇਨਰੋਲ ਕਰਵਾਉਂਦੇ ਹਾਂ ਜਿਹਦੇ ਵਿੱਚ ਕਿ ਤੁਹਾਨੂੰ ਇੱਕ ਪ੍ਰੋਫੈਸ਼ਨਲ ਮੈਚ ਮੇਕਰ ਅਸਾਈਨ ਕੀਤਾ ਜਾਂਦਾ ਹੈ ਤੇ ਤੁਹਾਨੂੰ ਅੱਛੇ ਅੱਛੇ ਰਿਸ਼ਤੇ ਦਿਖਾਏ ਜਾਂਦੇ ਨੇ ਅਗਰ ਈਮੇਲ ਦੇ ਉੱਪਰ ਤੁਹਾਨੂੰ ਰਿਸ਼ਤੇ ਦਿਖਾਏ ਜਾਣਗੇ ਅਗਰ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਰਿਸ਼ਤੇ ਪਸੰਦ ਆਉਂਦੇ ਨੇ ਸਟੈਪ ਟੂ ਇਸ ਉਹਨਾਂ ਫੈਮਿਲੀਜ਼ ਦੇ ਨਾਲ ਜਾਂ ਲੜਕਾ ਲੜਕੀ ਦੇ ਨਾਲ ਤੁਹਾਡੀ ਮੀਟਿੰਗ ਅਰੇਂਜ ਕਰਵਾਈ ਜਾਂਦੀ ਹੈ ਸੋ ਜਨਰਲੀ ਇੱਥੋਂ ਦੇ ਬੋਰਨ ਰੇਸਡ ਬੱਚੇ ਵੀ ਸਾਡੇ ਕੋਲ ਕਾਫੀ ਆਉਂਦੇ ਨੇ ਇਨ ਦੈਟ ਕੇਸ ਅਸੀਂ ਉਹ ਪ੍ਰੈਫਰ ਕਰਦੇ ਨੇ ਕਿ ਬਿਫੋਰ ਇਨਵੋਲਵਿੰਗ ਦਾ ਫੈਮਿਲੀਜ਼ ਅਸੀਂ ਖੁਦ ਦੇਖਣਾ ਮਿਲਣਾ ਚਾਹੁੰਦੇ ਹਾਂ ਦੈਟ ਇਜ਼ ਐਬਸੋਲੂਟਲੀ ਫਾਈਨ ਕਿ ਤੁਸੀਂ ਖੁਦ ਮਿਲੋ ਆਪ ਦੇਖੋ ਉਹਨਾਂ ਨੂੰ ਇੱਕ ਵਾਰੀ ਮਿਲੋ ਦੋ ਵਾਰੀ ਮਿਲੋ ਦਸ ਵਾਰੀ ਮਿਲੋ ਐਂਡ ਉਹਦੇ ਵਿੱਚ ਤੁਸੀਂ ਸਾਡੇ ਮੈਚ ਮੇਕਰਸ ਨੂੰ ਵੀ ਫੀਡਬੈਕ ਦੇ ਸਕਦੇ ਹੋ ਕਿ ਤੁਹਾਨੂੰ ਮਿਲ ਗਿਲ ਕੇ ਕਿਸ ਤਰ੍ਹਾਂ ਦਾ ਲੱਗਾ ਉਹਨਾਂ ਦੇ ਨਾਲ ਕਿਉਂਕਿ ਹਰਜੀਤ ਭਾਜੀ ਐਟ ਦ ਐਂਡ ਆਫ ਦ ਡੇ ਇਨ ਪਰਸਨ ਜਿੰਨੀ ਦੇਰ ਤੱਕ ਮੀਟਿੰਗ ਨਾ ਹੋਵੇ ਤੁਹਾਨੂੰ ਫੋਨ ਦੇ ਉੱਪਰ ਜਨਰਲੀ ਪਤਾ ਨਹੀਂ ਲੱਗਦਾ ਕਿਸੇ ਦੀ ਪਰਸਨੈਲਿਟੀ ਦਾ ਕਿਸੇ ਦੀ ਕਿ ਉਹ ਤੁਹਾਡੇ ਲਈ ਅੱਛੇ ਰਿਸ਼ਤਾ ਹੈ ਕੰਪੈਟੀਬਿਲਿਟੀ ਤੁਹਾਡੀ ਮਿਲਦੀ ਹੈ ਤੁਹਾਡੀ ਉਹਨਾਂ ਦੇ ਨਾਲ ਆਪਣੀ ਫੈਮਿਲੀ ਬੈਕਗ੍ਰਾਉਂਡਸ ਮਿਲਦੀਆਂ ਨੇ ਤੁਹਾਡੀ ਵੈਲਿਊਜ਼ ਮਿਲਦੀਆਂ ਨੇ ਉਹਨਾਂ ਦੀ ਤੋ ਫਿਜ਼ੀਕਲ ਅਪੀਅਰੈਂਸ ਕਿਸ ਤਰ੍ਹਾਂ ਲੱਗਦੀ ਹੈ ਕਿ ਤੁਹਾਨੂੰ ਜੱਚਦੇ ਵੀ ਹੈ ਕਿ ਨਹੀਂ ਜੱਚਦੇ ਹਾਈਟ ਕਿੰਨੀ ਕੁ ਹੈ ਕੰਪਲੈਕਸ਼ਨ ਕੀ ਹੈ ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਗਿਲ ਕੇ ਕਲੀਅਰ ਹੋ ਜਾਂਦੀਆਂ ਨੇ ਸਾਡਾ ਮਕਸਦ ਕੀ ਹੁੰਦਾ ਕਿ ਮੈਂ ਦੇਖਿਆ ਗਿਆ ਕਿ ਜਦੋਂ ਆਨਲਾਈਨ ਲੋਕ ਲੱਭ ਰਹੇ ਹੁੰਦੇ ਨੇ ਤੇ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਟਾਈਮ ਦੀ ਕਮੀ ਕਰਕੇ ਜਾਂ ਹੋਰ ਵੀ ਲਾਈਫ ਦੇ ਵਿੱਚ 100 ਪ੍ਰਾਇਓਰਟੀਜ਼ ਹੁੰਦੀਆਂ ਨੇ ਆਪਣੀਆਂ ਕਿ ਉਹਦੇ ਕਰਕੇ ਕਈ ਵਾਰੀ ਤੁਸੀਂ ਕਿਸੇ ਨੂੰ ਰਿਕੁਐਸਟ ਵੀ ਭੇਜਦੇ ਹੋ ਕੋਈ ਹਫ਼ਤੇ ਬਾਅਦ ਰਿਪਲਾਈ ਕਰਦਾ ਕੋਈ ਮਹੀਨੇ ਬਾਅਦ ਕਰਦਾ ਤੇ ਕੋਈ ਕਦੀ ਕਰਦਾ ਵੀ ਜਦੋਂ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਵੇਖਦੇ ਵੇਖਦੇ ਕਿਸ ਕਿਸ ਵੇਲੇ ਏਜ ਵੱਧ ਜਾਂਦੀ ਹੈ ਤੁਹਾਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ ਦੇਖੋ ਭਾਜੀ ਹੁਣ ਸਾਲ ਸ਼ੁਰੂ ਹੋਇਆ ਸੀ ਅਗਸਤ ਤੱਕ ਆਪਾਂ ਪਹੁੰਚ ਵੀ ਗਏ ਕਿਹੜੇ ਵੇਲੇ ਸਾਲੋਂ ਸਾਲ ਨਿਕਲ ਜਾਂਦੇ ਨੇ ਪਤਾ ਨਹੀਂ ਲੱਗਦਾ ਇਸ ਕਰਕੇ ਰਾਈਟ ਸਟੈਪ ਇਸ ਕਿ ਤੁਹਾਨੂੰ ਜਿਹੜੇ ਮੈਚ ਮੇਕਰਸ ਇਨ ਬਿਟਵੀਨ ਹੁੰਦੇ ਨੇ ਦੇ ਬ੍ਰਿੰਗ ਅਕਾਊਂਟੇਬਿਲਿਟੀ ਲਾਇਬਿਲਿਟੀ ਟੂ ਯੂ ਤੁਹਾਡੀ ਪ੍ਰੋਬਲਮ ਸੋਲਵ ਕਰਦੇ ਨੇ ਤੁਹਾਨੂੰ ਰਿਸ਼ਤੇ ਦਿਖਾਉਂਦੇ ਨੇ ਤੁਹਾਨੂੰ ਸਹੀ ਰਾਹ ਦਿਖਾਉਂਦੇ ਨੇ ਤੇ ਤੁਹਾਡਾ ਜਲਦ ਤੋਂ ਜਲਦ ਰਿਸ਼ਤਾ ਡਨ ਕਰਵਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਮੈਂ ਆਪਣੇ ਐਕਸਪੀਰੀਅੰਸ ਤੋਂ ਦੇਖਿਆ ਹਰਜੀਤ ਭਾਜੀ ਕਿ ਕਰੀਬਨ ਕਰੀਬਨ ਸਾਡੇ 2 ਤੋਂ ਲੈ ਕੇ 3 ਮਹੀਨੇ ਦੇ ਵਿੱਚ ਗੱਲਬਾਤ ਬਣ ਜਾਂਦੀ ਹੈ ਕੋਈ ਨਾ ਕੋਈ ਅੱਛਾ ਰਿਸ਼ਤਾ ਮਿਲ ਜਾਂਦਾ ਹੈ ਸੋ ਡੈਫੀਨੇਟਲੀ ਤੁਸੀਂ ਹੁਣੇ ਰਜਿਸਟਰ ਕਰੋ ਕਾਲ ਕਰੋ ਸਾਨੂੰ 604-628-0505 ਦੇ ਉੱਪਰ ਹਾਂਜੀ ਧੰਨਵਾਦ ਜੀ ਤੇ ਫਿਰ ਕਿਸੇ ਦਿਨ ਸਟੂਡੀਓ ਸੱਦ ਕੇ ਤੁਹਾਨੂੰ ਬੜਾ ਰੌਚਕ ਵਿਸ਼ਾ ਇਹ ਤੇ ਮੈਂ ਹੋਰ ਇਸ ਨੂੰ ਖੁੱਲ੍ਹ ਕੇ ਇਸ 'ਤੇ ਗੱਲਬਾਤ ਕਰਨੀ ਚਾਹੁੰਦਾ ਕਮਿਊਨਿਟੀ ਦਾ ਬਹੁਤ ਵੱਡਾ ਇੱਕ ਇਸ਼ੂ ਆ ਧੀ ਪੁੱਤਾਂ ਦੀ ਉਮਰ ਹੋ ਰਹੀ ਹੈ ਅਸੀਂ ਸੁਰਖਰੂ ਨਹੀਂ ਹੋ ਰਹੇ ਕੰਮ ਸਾਡੇ ਜਦ ਤੱਕ ਉਹਨਾਂ ਦੇ ਵਿਆਹ ਨਹੀਂ ਹੁੰਦੇ ਤਾਂ ਗੱਲ ਮੁੱਕਦੀ ਨਹੀਂ ਤੇ ਫਿਰ ਕਿਸੇ ਦਿਨ ਛੇਤੀ ਤੁਹਾਨੂੰ ਸਟੂਡੀਓ ਸੱਦਾਂਗੇ ਅਤੇ ਗੱਲਬਾਤ ਹੋਏਗੀ ਐਬਸੋਲੂਟਲੀ ਭਾਜੀ ਲਾਈਕ ਯੂ ਸੈਡ ਕਿ ਪੇਰੈਂਟਸ ਵੀ ਬਹੁਤ ਫੀਲ ਕਰਦੇ ਨੇ ਕਿ ਸਾਡੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਪੈਸ਼ਲੀ ਦੇਖੋ ਭਾਜੀ ਪੰਜਾਬੀਆਂ ਨੇ ਇੱਥੇ ਬਹੁਤ ਤਰੱਕੀ ਕੀਤੀ ਆਪਣੇ ਅੱਛੇ ਵੈਲ ਟੂ ਡੂ ਜੋਬਸ ਨੇ ਬਿਜ਼ਨਸਿਸ ਨੇ ਹਰ ਤਰ੍ਹਾਂ ਦੇ ਨਾਲ ਤਰੱਕੀ ਕੀਤੀ ਹੈ ਆਪਣਾ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦਿੱਤੀ ਹੈ ਤਰਬੀਅਤ ਦਿੱਤੀ ਹੈ ਲੇਕਿਨ ਜਦੋਂ ਟਾਈਮ ਆਉਂਦਾ ਇੱਕ ਜੀਵਨ ਸਾਥੀ ਲੱਭਣ ਦਾ ਕਿਤੇ ਨਾ ਕਿਤੇ ਆ ਕੇ ਆਪਾਂ ਮਜਬੂਰ ਵੀ ਫੀਲ ਕਰਦੇ ਹਾਂ ਸੋ ਡੈਫੀਨੇਟਲੀ ਤੁਸੀਂ ਹੁਣੇ ਸਾਨੂੰ rishtadepo.com ਨੂੰ ਕਾਲ ਕਰ ਸਕਦੇ ਹੋ ਸੋ ਲੋਕਲ ਵੀ ਅਵੇਲੇਬਲ ਨੇ ਮੈਚਿਸ ਅਗਰ ਤੁਹਾਡੇ ਕੋਈ ਭੈਣ ਭਰਾ ਇੰਡੀਆ ਦੇ ਵਿੱਚ ਨੇ ਉਹ ਰਿਸ਼ਤੇ ਦੇਖ ਰਹੇ ਨੇ ਤੇ ਉਹਨਾਂ ਦੀ ਸਹੀ ਏਜ ਹੈ ਨਾਲ ਦੀ ਨਾਲ ਉਹਨਾਂ ਨੂੰ ਇੱਕ ਜੀਵਨ ਸਾਥੀ ਵੀ ਮਿਲ ਸਕਦਾ ਅਸੀਂ ਲਾਸਟ ਵੀਕ ਹੀ ਆਪਣੇ 2 ਇੰਡੀਆ ਦੇ ਵਿੱਚ ਰਿਸ਼ਤੇ ਕਰਵਾਏ ਨੇ ਸੋ ਐਵਰੀ ਸਿੰਗਲ ਡੇ ਹਰਜੀਤ ਭਾਜੀ ਸਾਡੇ ਕੋਈ 6 ਤੋਂ 8 ਅਸੀਂ ਫੈਮਿਲੀਜ਼ ਨੂੰ ਕਨੈਕਟ ਕਰਵਾਉਂਦੇ ਹਾਂ ਸੋ 25 ਵਰਕਿੰਗ ਡੇਜ਼ ਦੇ ਵਿੱਚ ਸਾਡੇ ਕੋਈ 60 ਤੋਂ ਲੈ ਕੇ 80 ਦੇ ਵਿੱਚ ਰਿਸ਼ਤੇ ਡਨ ਹੋ ਜਾਂਦੇ ਨੇ ਕੈਨੇਡਾ ਦੇ ਵਿੱਚ ਰਾਈਟ ਸੋ ਡੈਫੀਨੇਟਲੀ rishtadepo.com ਨੂੰ ਕੰਟੈਕਟ ਕਰਕੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ ਵੰਸ ਅਗੇਨ 604-628-0505 604-628-0505 ਬਹੁਤ ਬਹੁਤ ਸ਼ੁਕਰੀਆ ਭਾਜੀ ਧੰਨਵਾਦ ਜੀ ਸ਼ੁਭ ਸ਼ਾਮਾ ਥੈਂਕ ਯੂ
थैंक यू जी। करण जी गलबात कर रहे थे रिश्ता डिपू तो। इशू है जी ये भाईचारे दे विच धीआं पुत्तां दी, बड़ा एक सबजैक्ट आ जी। तो यह भी गल चलदी वी यार की साढ़े मापे असी ब्याह लई जोर पाईए जां छड़ दईए खुले कराउण ना कराउण, यह भी एक स्कूल ऑफ थॉट नाल चल रहा। एक बन्ने ये आ वी नहीं यार बच्चे 25-26 साल दे ब्याह कराउण ते असी सौखे होईए। एक विशा जिहड़ा ध्यान मंगदा है ये, तो इस मैं किसी दिन थोड़े सन्मुख भी करांगा। तुसी तजर्बे दे विचों फिर ये चीज़ां दस्यो जिन्हां दे धी पुत व्याहे गए जां नहीं व्याह हो रहे, वो की महसूस करते हैं। ये गल मैं आने वाले दिनों करनी है क्योंकि ये एक बहुत वड्डा जिहड़ी जिहड़े सिस्टम दे विचों जिहड़ी संस्कृति चों असीं आया, असीं चाहुंदे आ वी यार 25-30 साल की उम्र च धी पुत दा व्याह होवे ते कल नूं असीं 60 प्लस दे हो के किसी पासे असी भी लगी कबीलदारी क्यूंटी जाए तो असी भी सौखे होइए, पंजाब का कोई गेड़ा लगे दुनिया नूं घूमण चलीए। हुण तां शलिंग जिहड़े पूरे टाइट किए पए ने, हुण नहीं निकल हुंदा, लोग फसे पए ने, पर जिम्मेवारियां बहुत ने, जिंदगी महंगी हो रही है, आर्थिकता नाल बहुत जुड़े विषय ने जिहड़े ते अक्सर मेरे शो जिहड़े ने वो इहदे आले दुआले घूमदे ने वी असी साडे नाल सरोकार की है, की हो रहा आले दुआले दुनिया च की हो रहा। अज वीरवार नूं अम्मा आपां इंडिजनस पीपल लई, इस नेशन दे लई जिहड़े इस देश दे मालक ने, कैनेडा कंट्री है जिहड़ी इंडिजनस लोकां दी है, उत्थे आ के असी बसे हाँ, चाहे यूरोप तो आके बसे कदे जां असी एशिया चों आके बसे, तो चिट्टी चमड़ी ते नीलियां अखां करके बंदे बिब के पार्कां च साडियां मामां नूं बैठिआं नूं कहिंदे ने गो टू यूर बैक कंट्री। की ये कंट्री उहनां दी है? नो, उहनां दी नहीं है। वह 200 साल 150 साल पहलां आ गए, 200 साल ते असी 100 साल पहलां आ गए, इहदा मतलब नहीं है। जद इह जिहा कुछ आउंदा उहदे ते पैर गड्ड के खड़ना चाहीदा, कोई इह च रियायतां नहीं, ये हो जाएगा वो हो जाएगा, कुछ नहीं होना। जब बंदा कोई अपना अंतरीब दिल का साड़ा मूहरे करके सिड़दा है तो गंद अपना बाहर सुटदा है तो उसकी सज़ा उसनू मिलनी चाहिए है। ह्यूमैनिटी कंपैशन ये सब गल्लां ने इंसानां लई, जब बंदे दे विच रूह जानवर की आ जाए तो उहदे लई ये सब गल्लां ने। मेरे नाल अज एक रेजिडेंशियल स्कूल सर्वाइवर ने, मिस्टर ब्रूस एलन। मिस्टर ब्रूस एलन ने जिहड़े उन्होंने रेजिडेंशियल स्कूल जिहड़ा ज्वाइन किया, तो उस तो बाद फिर उन्होंने बैचलर डिग्री की UBC तो, उस तो बाद मास्टर्स डिग्री की, तो अज उन्होंने नाल उन्होंने जर्नी जिहड़ी फ्रॉम रेजिडेंशियल स्कूल टू बिकम ए प्रोफेसर और टीचर, उन्होंने नाल अज गलबात करांगे कि उन्होंने जर्नी किवें रही। मिस्टर एलन, गुड मॉर्निंग। गुड मॉर्निंग, thank you so much for sparing some time for us, and I was talking to my listeners in my language, my Punjabi language, and telling about yourself, and so let us start with your journey from where you were born and till today, little bit glimpse of your life, then we'll start from there. Okay. My name is Bruce Allen. I come from the Tsleil-Waututh First Nation, which is 160 kilometers west of Prince George. I belong to the Damasiu clan. I belong to the Beaver clan. Mm-hmm. And we're born into our clan, so I follow my mother. Mm-hmm. We're matrilineal. That's what it means to follow our mother. And I attended the Jack Indian Residential School, which is 150 kilometers west of Prince George, so it's only about 10 or 11 kilometers from my home community of Sulaco. And my experience was that I was bussed in every day, and there were at least about 200 students who had to stay there. I call it incarcerated. It was like a prison for them. They had to stay there. They came from quite some distances, and so for us to get on the bus and go home every day, that was
that made them very envious and jealous, and so they picked on us quite a bit. But my father and my grandmother attended Lujac. My grandmother attended Lujac from 1922 to 1928. She passed away from tuberculosis in 1949. My father attended Lujac from 1942 to 1949. And he went on to Kamloops to get grade 12. And so he attended Kamloops from 1949 to 1954 with a grade 12. He did not talk about his experiences. Okay. Of Lujac or Kamloops. But he demonstrated it through the addictions that he had. He was a chain smoker of cigarettes, and he drank during the weekend, so he's an alcoholic. The school made him an alcoholic. And eventually that's what took his life. But he was very violent towards my mother. Okay. Because of what happened to him, but he never really shared with anybody. And at that time, there wasn't any kind of counseling or any kind of services available to survivors. And so they resorted to coping with alcohol. But yeah, alcohol took his life. He was walking back to our home in Sulaco from Fraser Lake, and he was struck and killed. But I always ask myself, why was he out on the road? Well, he was drinking. And the next question was, why did he drink? Why did he drink so much? And it all came back to the residential school, and in particular the Jack residential school. I'm pretty sure most of the traumas that he experienced came from there. I spoke with several of his peers, people who he went to school with, and they shared horrific stories of physical abuse and sexual abuse. In the school? In the school? He was staying in the school? He was not coming every day home just like you? No. He had to stay there. Him and his two sisters. So who was abusing? Teachers? The prince. The teachers, the prince, the brothers, and the nuns. So staff at church, priests, and it's organized crime. It's organized crime. It was when you look at Canadian history with Canada becoming a country in 1867, not too long after they created the Indian Act. Yes, that's the 1876. And today, August 5th, 2021, that Indian Act still exists today. Still exists. That's the act of brutality. Yeah, it's racist. It controls every aspect of our lives. It created the residential school, right? And the Jack operated from 1917 in Fort St. James, and then moved to Fraser Lake in 1922, and then operated until 1976 when this. Mr. Allen, in the school where you've been, in the Lujac, do you think there will be also some kids died, and there may be also graves there? I would think so. There are several witnesses, survivors, who seen some horrendous things happen, horrific things happen.
at the school, and one lady talked about shoebox babies. These babies came from either the nun, the very young girls who got pregnant by the priest. And, you know, you were, there's a history of your family. You were telling about your father. He never shared his griefs and pain. He becomes alcoholic, and he was then very bad to your mother. Then all these things are accumulate, and person gets out of track. How come you got out of cage and went for higher education? What did you do in your young life? I think I was spared some of the sexual abuse from a notorious supervisor by the name of Edward Fitzgerald. He was listed as being arrested on Vancouver Island in 1992, but the church had bailed him out and shipped him to Ireland. And Yes. Ireland doesn't have any extradition laws. No. But my father spoke to him at the school with me in tow, and he said, "This is my son," and explained who I was. And I went off to play, but I imagine he threatened Fitzgerald that if he ever touched me, that he would probably come and shoot him or something. My path never crossed that with Fitzgerald, but he has hundreds of victims, hundreds of child victims, mostly boys, but he's got several victims. And another nun was also a pedophile, Sister Mary Patrick, and I think I was spared from her because I told her that she asked me what I was going to be when I grew up, and I said a priest or a preacher or something like that, and that put a smile on her, and she didn't bother me. I think the other boys got molested by her. So I think for those 2 years, I think I was spared those traumas. But the physical traumas were there. We got strapped and we got into fights with the other kids, and that was an everyday thing. Yes. But I think living in the poverty that we were, that's what motivated me to get out of it. To get out of it, to get an education, and to learn more about what the Canadian government did. And through the years, I learned about the Indian Act, and I learned about how residential schools were put into play, and that Lee Jack was only one of 130 across the country. And so I think because of I didn't have the severe experiences that my dad had. Yes. That scared me. But my dad always encouraged education. And that was really important for him. And so that's what I did. I pursued higher education. That's wonderful. I am still doing that. I teach at the College of New Caledonia. Yes, Caledonia and Prince George. Yes. And I teach social work students, nursing students, international students, including Punjab students, and I teach business students and teachers, and so all sorts of different people that are going into different careers, and I tell them about my experiences of the residential school so that they have a better understanding of Indigenous people across Canada, that people are on the street for a reason. Yes. And
the reasons are that you know they were at a residential school or their parents were at a residential school. Mr. Allen, all these leads to reconciliation and this is not a story that we can wrap it up. It's so much every day the survivors are coming out. And number two, the immigrants who we got here, my community is here from 100 years. I moved here 25 years. We didn't know. We just knew that these are the indigenous people. They are living here in Lower Mainland. These are the reserves. They have some concessions from government. But this darkest chapter never came out since this residential schools in the unmarked graves in Kamloops got out. And everyone is getting aware now. Everyone is looking on it. And we are doing so many shows on it and continue from months. So there's the end of a road, and there should be a light on other side of tunnel. If we go to reconciliation, the highway of tears, where you are sitting today in Prince George, and young girls are being abducted, raped, and killed, and murdered, and you put a name, highway of tears, that doesn't make any difference. That is very tragic to read that or just travel on that. So all these fancy slogans of politicians and your leaders, so-called leaders sitting in Ottawa, and nothing is coming out. So how it will be how it leads to reconciliation now? That's a good question. I think it's going to be a long road. Yes. First, people need to hear the truth, and if people are survivors, the residential school survivors are coming out and telling the truth. Yes. Their children, their grandchildren are talking about their experiences because they were raised by residential school survivors who didn't have any kind of parenting skills, so they parented the way they were parented at the residential schools with straps and violence, and so those things are still going on in our communities. But when you look at Canada today, the child welfare system continues what the residential schools started. And you're right about the missing and murdered Indigenous women. That's, you know, that's evidence that it's still going on. Hmm. They are the young generation that are being killed by, I don't know who, but it's systemic. It's a systemic problem. Hmm. And as long as we still have these attitudes that our women, our people, are not human, then they're going to continue to be exploited and murdered. Yes. And Mr. Allen, how you describe your young generation now? Then your father and yourself, how aware they are, how serious they are about their future, education level, drug and alcohol in your reserves. can you tell us a little bit how they are doing? I think a lot of our communities have turned back to our culture. We're practicing our culture, and we're revitalizing our language, and all of the knowledge is being passed down to the younger generations. Language endangerment is a reality. Our children are not fluent speakers, and that's how you tell the health of the language, and we don't have any young fluent speakers. And so there's a kind of an urgency right now to teach the language to the younger generation. But the importance of education to learn where we come from. Hmm.
and not only just our traditional indigenous knowledge, but also to learn the, formal education, elementary, high school, post-secondary education as well, but to hang on to our tradition is very important in our survival right now. We do have a lot of successes today. There are a lot of people who are educated, like in my generation, who have gone on to become lawyers and teachers and nurses, and the next generation, the children of residential school survivors, are becoming doctors and surgeons. And so there is that light at the end of the tunnel, where we do have people that are becoming educated and are self-sufficient. And we still have a lot of leaders who are continuing to fight against the Canadian government. A lot of our court cases, that where we've gone to the Supreme Court against Canada and the Indian Act and whatnot, we are winning those court cases, but Canada doesn't seem to follow their own laws. Hmm. And once those court cases are won in court, they tend not to follow them. Mr. Allen, I have to leave it this there, and we will continue doing it, and whenever is convenient for you, in a week or 2 weeks. And I feel so good about that I'm talking to a survivor who got stand in his life, who had very darkest chapter in his childhood, when that was the time to flourish his life and enjoy and play here and there, and follow his family roots and culture and everything. Then all that time it was totally went other side in the residential school, opposite side. And after that you went for master's, and now you teach in the college. And I feel so proud and admired talking to you, and that you are a light, a limelight to your nation. And I pray and to God that He should blessed with you everything, and your nation, that that you can heal your wounds, and Canadian government should ready to listen, and your leaders should act for you, not change their color and put their traditional clothes and put jeans and sitting in Ottawa and fancy houses and enjoy red carpet dinners there. They should do the same as you are doing with me on radio. Thank you so much again, and very best wishes. Hope soon we will talk again. Thank you for listening. Thank you. Thank you so much. Take care. Thank you. Jad vi kise naal mool vasi naal apan gal karde aa, bahut dard hai tusi je mehsoos kita hove. Hun professor ne Mr. Allen पर रेजिडेंशियल स्कूल प्यो ने भी पता ने भी उही ते पुत ने भी उही सेक्सुअली अब्यूज फादर्स ब्रदर्स नन्स बुरे हाल बंके दिहाड़े उन्हां दे विचों प्यो गिल्ट लैके जिहदे नाल सेक्सुअली अब्यूज हो गए वह की दसूगा बाहर निकल के मेरे नाल की होया अडिक्टड हो गए शराबा पी के घर वालियां नूं कुटदे रहे उन्हां चों इह बच्चे पैदा होए पर कुछ है मिस्टर एलन वर्गे ने जिन्होंने बी ए करके एम ए करके अज वो पढ़ा रहे हैं कैलेडोनिया कॉलेज दे विच प्रिंस जॉर्ज दे विच बहुत डार्केस्ट चैप्टर है ये सोहने देश का चिट्टियां चिट्टियां जड़ियाँ बर्फ न लद्दियाँ चोटियाँ तो मेपल लिफ सिरप ते जे ते बो लेक्स ते बहुत वधिया देश है पर आ जड़ा काला धब्बा है ये चंद ते ये काला धब्बा ला तो नहीं सकते इनू एक्सैप्ट करना पैना वे दैस वी डिड इट ये जड़ी है कमीशन कमूशन जे गल्ला है फैंसी ने सब ये कोई कॉन्क्रीट स्टैप नहीं है हले तक किसी भी गवर्नमेंट वालों किसी वालों भी ये गल्ला ने
ਜਦ ਐਮ ਪੀ ਹੁਣ ਰਿਜ਼ਾਈਨ ਕਰਕੇ ਇਹਨੂੰ ਨਾ ਵਿੜਦੀ, ਉਹ ਕਹਿੰਦੀ ਮੈਨੂੰ ਇੱਥੇ ਤੁਰੇ ਜਾਂਦੇ ਨੂੰ ਇਹ ਹਾਊਸ ਆਫ ਕਾਮਨ ਦੇ ਵਿੱਚ ਲੱਗਦਾ ਸੀ, ਇਹ ਮੇਰੀ ਜਗ੍ਹਾ ਨਹੀਂ ਹੈ, ਸਿਕਿਉਰਿਟੀ ਗਾਰਡ ਮੇਰੀ ਜਾਮਾ ਤਲਾਸ਼ੀ ਲੈਂਦੇ ਅੱਖਾਂ ਨਾਲ, ਮੈਨੂੰ ਪਤਾ ਨਹੀਂ ਸੀ ਕਦ ਜਾ ਕੇ ਪਿੱਛੋਂ ਸਿਕਿਉਰਿਟੀ ਗਾਰਡ ਨੇ ਮੇਰੇ 'ਤੇ ਹੱਥ ਧਰ ਲੈਣਾ ਗਰਦਨ 'ਤੇ। ਤੁਸੀਂ ਜਾਂਦੇ ਜਾਂਦੇ ਸਸਪੀਸ਼ੀਅਸ ਨਹੀਂ ਹੋਣੇ ਚਾਹੀਦੇ, ਸਡਨ ਤੁਸੀਂ ਫੋਨ ਨਹੀਂ ਚੈੱਕ ਕਰਦੇ ਚਾਹੀਦੇ, ਤੁਸੀਂ ਆਹ ਨਹੀਂ ਕਰਨਾ ਚਾਹੀਦਾ। ਬੀਇੰਗ ਏ ਇੰਡੀਜਨਸ ਐਮ ਪੀ, ਐਮ ਪੀ ਉਹਦਾ ਦਰਦ ਸੁਣਿਓ ਕਦੇ, ਜੂਡੀ ਵਿਲਸਨ ਰੇਬੋਲ ਦਾ ਦਰਦ ਸੁਣਿਓ, ਇਹ ਗੱਲਾਂ ਹੈ ਠੱਗ ਵਣਜਾਰਿਆਂ ਦੀਆਂ, ਅਤੇ ਇਹ ਇੱਕ ਨੇਸ਼ਨ ਨਾਲ ਨਹੀਂ ਇੰਡੀਜਨਸ ਨਾਲ ਹੋ ਰਹੀ, ਜਿਨ੍ਹਾਂ ਦੇ ਰੀਪ੍ਰਜੈਂਟੇਟਿਵ ਉੱਥੇ ਵੇਚਦੇ ਨੇ ਨਿੱਤ ਨਿੱਤ ਵੰਗਾਂ ਦਾ ਹੋਕਾ ਦੇ ਕੇ ਚੱਕੀ ਰਾਹ ਵੇਚਦੇ ਨੇ ਨਿੱਤ ਸਾਨੂੰ, ਅਤੇ ਅਸੀਂ ਤਾੜੀਆਂ ਵਜਾਉਂਦੇ ਹਾਂ ਵੀ ਸਾਡੇ ਨਾਲ ਟੇਬਲ 'ਤੇ ਬੈਠਾ ਗੁਲਾਬ ਜਾਮਣਿਆਂ ਖਾਂਦੇ ਨੇ ਬੰਦੇ। ਆਹ ਹਾਲ ਹੈ ਜਿਹੜਾ ਦੱਸ ਕੇ ਗਏ ਨੇ ਮਿਸਟਰ ਐਲਨ। ਸੋਹਣੇ ਵਤਨ ਦੀ ਜਿਹਦੀ ਮੈਂ ਗੱਲ ਕਰ ਰਿਹਾ ਸੀ, ਉਹਦੇ ਪਰਲੇ ਖੂੰਜੇ 'ਤੇ ਜਿੱਥੇ ਮੁੱਕ ਜਾਂਦਾ ਜਾ ਕੇ ਪ੍ਰਿੰਸ ਐਡਵਰਡ ਆਈਲੈਂਡ ਅਤੇ ਅਟਲਾਂਟਿਕ ਪ੍ਰੋਵਿੰਸ ਤੱਕ ਸਾਡੇ ਮੋਟਰਸਾਈਕਲਿਸਟ ਜਿਹੜੇ ਨੇ ਲੈਜੈਂਡਰੀ ਸਿੱਖ ਰਾਈਡਰ ਪਹੁੰਚੇ ਹੋਏ ਨੇ। ਸਰ ਕੁਲਵਿੰਦਰ ਸਿੰਘ ਢਿੱਲੋਂ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀ ਰਾਈਡ ਕਿਵੇਂ ਰਹੀ। ਢਿੱਲੋਂ ਸਾਹਿਬ ਸਵਾਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਫਤਿਹ ਸਾਰੀ ਆਡੀਅੰਸ ਨੂੰ ਵੀ ਜੀ, ਤੇ ਮੇਰੇ ਨਾਲ ਇਸੇ ਨਾਲ ਸਾਡੇ ਸਭ ਤੋਂ ਸੀਨੀਅਰ ਰਾਈਡਰ ਜਿਹੜੇ ਆ ਸਰਦਾਰ ਦਲੇਰ ਸਿੰਘ ਬਰਾੜ ਵੀ ਹੈਗੇ ਆ, ਤੇ ਸਰਦਾਰ ਆਪਣੇ ਰਣਧੀਰ ਸਿੰਘ ਟੰਡਾ, ਤੇ ਮੈਂ ਵੀ ਆ ਨਾਲ ਭਾਜੀ ਮਲਕੀਤ ਸਿੰਘ ਹੁੰਜਣ ਆ ਜੀ, ਤੇ ਅਸੀਂ ਪ੍ਰਿੰਸ ਐਡਵਰਡ ਆਈਲੈਂਡ ਤੋਂ ਤੁਰਦੇ ਹੋਏ ਮਤਲਬ ਜਾ ਕੇ ਵਾਪਸ ਹੁਣ ਇਸ ਵੇਲੇ ਤੁਰੇ ਹੋ ਆ, ਰਾਤੀ ਅਸੀਂ ਗਏ ਸੀਗੇ ਕੁਬੈਕ ਸਿਟੀ ਤੇ ਹੁਣ ਮੋਨਟਰੀਅਲ ਨੂੰ ਤੁਰੇ ਹੋ ਆ, ਤੇ ਇਸ ਲਈ ਹੁਣ ਗਾਂ ਅੱਗੇ ਦਾ ਜਿਹੜਾ ਸਾਰਾ ਖਬਰ ਸਾਰਿਆ ਤੁਸੀਂ ਮਲਕੀਤ ਸਿੰਘ ਹੁੰਜਣ ਭਾਜੀ ਤੋਂ। ਧੰਨਵਾਦ ਜੀ, ਖਾਲਸਾ ਫਤਿਹ ਵੀਰ ਜੀ, ਖਾਲਸਾ ਵਾਹਿਗੁਰੂ ਫਤਿਹ। ਨੌਜਵਾਨੋ ਕਿਵੇਂ ਆ ਫਿਰ ਹੁਣ ਤੱਕ? ਆ ਜਵਾਨ ਦੇਖੋ ਕਿੰਨੇ ਕਿੰਨੇ ਤਕੜੇ, ਸਾਰੀ ਕੈਨੇਡਾ ਦੀ ਧਰਤੀ ਦੇ ਜਵਾਨ ਸਾਰੇ ਇੱਕ ਟਰੱਕ 'ਚ ਕਿੱਥੇ ਤੁਰੇ ਜਾਂਦੇ ਆ ਸਵਾਗਤ। ਵਾਹ, ਤੇ ਅਸੀਂ ਆਪਣਾ ਜੀ 7000 ਕਿਲੋਮੀਟਰ ਹਾਫ ਵੇ ਅਸੀਂ ਤੈਅ ਕਰਤਾ, ਬਿਊਟੀਫੁਲ ਰਾਈਡ ਆਪਣੇ ਬ੍ਰਿਟਿਸ਼ ਕੋਲੰਬੀਆ ਦੀ ਪਹਾੜਾਂ ਦੇ ਚੀਰਦੇ ਕਰਦੇ ਹੋਏ ਕਨੋਲਾ ਦੀਆਂ ਫੀਲਡਾਂ ਸਰੋ ਰੰਗੀਆਂ ਦੇਖਦੇ, ਅਲਬਰਟਾ ਸਸਕੈਚੂਨ ਬਹੁਤ ਪਿਆਰ ਨਿੱਘਾ ਮਿਲਿਆ ਸਤਿਕਾਰ ਸਾਨੂੰ ਓਨਟੇਰੀਓ ਦੀ ਧਰਤੀ 'ਚ, ਉੱਥੋਂ ਫਿਰ ਨਿਕਲਦੇ ਫਰਾਂਸ ਦੇ ਹੋ ਕੇ ਨਿਊ ਬ੍ਰਾਂਸਵਿਕ, ਸਾਨੂੰ ਪੌਸਾਂ ਦੇ ਸਾਡੇ ਦੋ ਪਾਸ ਰਹੇ ਸੀ ਨਿਊ ਬ੍ਰਾਂਸਵਿਕ ਐਂਡ PEI ਦੇ ਵਿੱਚ, PEI ਨਿਊ ਬ੍ਰਾਂਸਵਿਕ ਵਾਲੇ ਨੇ ਜੋ ਦੇਖਿਆ ਵੀ ਸਿੰਘ ਆਇਆ ਪਹਿਲੀ ਵਾਰੀ, ਉਹਨੇ ਸਾਨੂੰ ਸਵਾਗਤ ਕੀਤਾ, ਸਾਨੂੰ ਜਿਹੜਾ ਕੋਇਨ ਦਿੰਦੇ ਆ ਮੈਡੈਲੀਅਨ ਜੀ ਉਹਦੇ ਨਾਲ, ਤੇ ਨਾਲੇ ਸਾਨੂੰ ਇੱਕ ਇੱਕ ਬੰਦੇ ਨੂੰ ਉਹਨਾਂ ਨੇ ਦਿੱਤਾ RCMP ਵਾਲਿਆਂ ਦਾ ਪਿੰਨ ਜਿਹੜਾ ਉਹਨਾਂ ਦੇ ਆਪਦੀ ਲੋਗੋ ਜਿੱਤ ਲੱਗੀ ਹੁੰਦੀ ਆ, ਤੇ ਉਹਨਾਂ ਨੇ ਫੋਟੋ ਖਿੱਚੀ, ਵੇਵਰ ਸਾਈਨ ਕਰਾਏ ਵੀ ਅਸੀਂ ਫੋਟੋ ਪੋਸਟ ਕਰਨੀ ਸਾਡੀ ਸਾਈਡ ਤੇ, ਬਿਊਟੀਫੁਲ ਦੀ ਬਹੁਤ ਪਿਆਰ ਕੀਤਾ ਲੋਕਾਂ ਨੇ ਸਾਨੂੰ। ਅੱਛਾ ਹੁੰਜਨ ਸਾਹਿਬ, ਰਾਈਡ ਦਾ ਐਕਸਪੀਰੀਅੰਸ ਦੱਸੋ, ਮੋਟਰਸਾਈਕਲ ਟ੍ਰਾਈਸਾਈਕਲ ਵੀ ਨੇ, ਗ੍ਰੈਂਡਪਾ ਚਲਾ ਰਹੇ ਨੇ ਤੇ ਤੁਹਾਡੇ ਕੋਲ ਰੋਡ ਆਪਣੇ ਗੋਲਡ ਵਿੰਗ ਆ, ਇੰਨੇ ਸਫ਼ਰ ਦਾ ਤਜਰਬਾ ਕੋਈ ਰਾਹ ਦਾ? ਇਹਦਾ ਸਫ਼ਰ ਦੇਖੋ ਨੰਬਰ 1 ਆਪਣਾ ਜਿਹੜਾ ਮੇਨ ਰਾਈਡਰ ਨੂੰ ਇਹ ਹੁੰਦਾ ਵੈਦਰ ਵਧੀਆ ਹੋਵੇ, ਸਾਨੂੰ ਵੈਦਰ ਲਈ ਅਸੀਂ ਪੂਰੇ ਇਕੁਇਪਡ ਆ, ਗੀਅਰ ਸਾਡੇ ਕੋਲ ਪੂਰਾ ਹੈਗਾ, ਅਸੀਂ 1000 ਕਿਲੋਮੀਟਰ 1200 ਆਰਾਮ ਨਾਲ ਕਰ ਸਕਦੇ ਹਾਂ, ਬਿਕੋਜ਼ ਖੁੱਲ੍ਹਾ ਇਲਾਕਾ ਈਜ਼ੀ ਰਾਈਡਿੰਗ ਕਰਨਾ ਮੰਗਦੇ ਹਾਂ, ਸੋ ਉਹਦਾ ਅਸੀਂ ਤਕਰੀਬਨ 700 ਕਿਲੋਮੀਟਰ ਹਰ ਰੋਜ਼ ਕਰਦੇ ਹਾਂ ਐਵਰੇਜ, ਸੋ ਜਿੱਥੇ 700 ਆ ਗਿਆ ਅਸੀਂ ਪਹਿਲੇ ਬੁਕਿੰਗ ਕੀਤੇ ਹੁੰਦੇ ਹੋਟਲ ਵਗੈਰਾ ਤੇ ਅਸੀਂ ਉੱਥੇ ਮਤਲਬ ਰਾਤ ਕੱਟ ਲਈ ਦੀ ਆ, ਤੇ ਸਾਨੂੰ ਕੋਈ ਬਾਬਾ ਦੀ ਕਿਰਪਾ ਨੂੰ ਕੋਈ ਇਸ਼ੂ ਨੂੰ ਆਏਗੀ ਨਾ ਬਾਈਕ ਦੀ ਨਾ ਬੰਦਿਆਂ ਦੀ ਨਾ ਹੋਰ ਕਿਸੇ ਚੀਜ਼ ਦਾ, ਨੰਬਰ 1 ਰਾਈਟ। ਅੱਛਾ ਹੁੰਜਨ ਸਾਹਿਬ ਇੱਕ ਇਹ ਦੱਸਿਓ ਵੀ ਹੁਣ ਦਸਤਾਰ ਜਿੱਥੇ ਜਿਹੜੇ ਸੂਬਿਆਂ 'ਚ ਆਪਾਂ ਦਸਤਾਰ ਨਹੀਂ ਬੰਨ ਕੇ ਚਲਾ ਸਕਦੇ ਉੱਥੇ ਕੀ ਅਲਟਰਨੇਟ ਕੀਤਾ ਫਿਰ? ਅਸੀਂ ਨਾਲ ਸਾਡੇ ਕੋਲ ਹੈਗੇ ਟਰੱਕ ਤੇ ਟ੍ਰੇਲਰ, ਉਹਦੇ ਉੱਪਰ ਸਾਡੇ ਲਾਗੇ ਹੋਏ ਆ ਵੀਲ ਚੌਕਸ ਵਗੈਰਾ, ਕਿਉਂਕਿ ਸਸਕੈਚੂਨ ਦੇ ਵਿੱਚ ਪਹਿਲਾਂ ਓਕੇ ਕੀਤਾ ਸੀ ਉਹਨਾਂ ਨੇ, ਫਿਰ ਸਾਨੂੰ ਜਾਣ ਵੇਲੇ ਥੋੜਾ ਜਿਹਾ ਉਹਨਾਂ ਨੇ ਕੋਈ ਪੋਲੀਟੀਕਲ ਪ੍ਰੈਸ਼ਰ ਕਰਕੇ ਫਿਰ ਉਹਨੇ ਸਾਨੂੰ ਨਾ ਕਰਤੀ, ਫਿਰ ਸਾਨੂੰ ਟਰੱਕ ਪੈਦਾ ਕਰਨਾ ਪਿਆ, ਪਲੱਸ ਉਹਨੇ ਟ੍ਰੇਲਰ ਜਦੋਂ ਸਸਕੈਚੂਨ ਚ ਬਣ ਲੱਗਿਆ ਅਸੀਂ ਟ੍ਰੇਲਰ ਤੇ ਆਪਣੇ ਬਾਈਕ ਲੱਦ ਦੇ, ਜਦੋਂ ਸਸਕੈਚੂਨ ਨਿਕਲ ਕੇ ਔਨ ਦਾ ਗਰਾਊਂਡ ਅਗੇਨ ਵੇ ਵੀ ਗੋ, ਅਸੀਂ ਆਪਣੇ ਵਿਨਪੈਗ ਵੀ ਦੇ ਰਹੇ ਓਨਟੇਰੀ ਵੀ ਦੇ ਰਹੇ, ਜਦੋਂ ਅਸੀਂ ਆਏ ਕੁਬੈਕ ਸੇਮ ਥਿੰਗ, ਤੇ ਫਿਰ ਆਪਣੇ ਟ੍ਰੇਲਰ ਉੱਪਰ ਬਾਈਕ ਲੱਦ ਲਏ ਐਂਡ ਫਿਰ ਜੋ ਅਸੀਂ ਪਾਸ ਸਾਡਾ ਸੀਗਾ ਆਪਣੇ ਨਿਊ ਬ੍ਰਾਂਸਵਿਕ ਐਂਡ PEI ਉੱਥੇ ਫਿਰ ਅਸੀਂ ਥੱਲੇ ਲਾ ਲਏ,
ਪਰ ਅਸੀਂ ਆਲਟਰਨੇਟ ਇੱਦਾਂ ਕਰੀ ਜਾਂਦੇ ਨਾਲ ਦੀ ਨਾਲ ਵੀ ਇੱਕ ਇੱਕ ਦਿਨ ਬਾਅਦ ਇੱਕ ਬੰਦੇ ਟਰਨ ਫਿਰ ਦੂਜਾ ਆ ਜਾਂਦਾ ਫਿਰ ਤੀਜਾ ਦੇ ਇਸ ਤਰ੍ਹਾਂ ਨਾਲ ਦੇ ਰੋਟੇਟ ਕਰੀ ਜਾਂਦੇ ਆ ਪਲੱਸ ਉਹਦੇ ਨਾਲ ਤੁਹਾਡਾ ਫੇਰ ਹੁੰਦਾ ਵੀ ਬੰਦੇ ਸਾਰੇ ਰਾਈਡ ਕਰ ਲੈਂਦੇ ਆ ਉਹਦੇ ਨਾਲ। ਅੱਛਾ ਤੇ ਨਾਲ ਇੱਕ ਦੱਸਿਓ ਮੈਨੂੰ ਕਿ ਜਿਹੜੀ ਆਪਾਂ ਇਹ ਕੌਜ਼ ਲਈ ਗਏ ਸੀ ਤੁਸੀਂ ਤਾਂ ਇਹਦੀ ਅਵੇਅਰਨੈਸ ਦੇ ਰਹੇ ਹੋ, ਇੱਥੇ ਕਮਿਊਨਿਟੀ ਕਿਵੇਂ ਇਨਵੋਲਵ ਹੋ ਸਕਦੀ ਹੈ ਇਸ ਕੌਜ਼ ਚ? ਇਹ ਜਿਹੜਾ ਹੈਗਾ ਆਪਣਾ ਅਸੀਂ ਕਰਦੇ ਹਾਂ ਮੇਕ ਅ ਵਿਸ਼ ਚਾਈਲਡ ਲਈ, ਉਹ ਹੈਗਾ ਜਿਹੜੇ 2.5 ਸਾਲ ਤੋਂ ਲਾ ਕੇ 18 ਸਾਲ ਦੇ ਵਿੱਚ ਵਿੱਚ ਨਿਆਣੇ ਆ ਜਿਹੜੇ ਅਨਫੋਰਚੁਨੇਟ ਆ, ਉਹਨੇ ਜ਼ਿੰਦਗੀ ਛੋਟੀ ਆ, ਉਹਨਾਂ ਨੂੰ ਜਿਵੇਂ ਆਪਣੀ ਕੁਆਲਿਟੀ ਆਫ ਲਾਈਫ ਆ, ਆਪਾਂ ਹੁਣ ਇੰਨੀ ਉਮਰ ਪਾ ਲਈ ਆ, ਬਾਹਰਲੇ ਮੁਲਕਾਂ ਚ ਬਹੁਤ ਸੋਹਣਾ ਬਾਬੇ ਨੇ ਆਪਣੇ ਦਿਵੇ ਰੱਖਿਆ ਵਾ ਵੀ ਜਿਹਨਾਂ ਕੋਲ ਉਹ ਚੀਜ਼ ਨੂੰ ਪ੍ਰਾਪਤ ਨਹੀਂ ਹੋਈ, ਇਹ ਆਪਾਂ ਪੈਸਾ ਉਹਨਾਂ ਲਈ ਇਕੱਠਾ ਕਰਦੇ ਆ। ਤੇ ਇਹ ਜੇ ਬੰਦਿਆਂ ਨੇ ਜਿਹਨਾਂ ਨੇ ਵੀ ਆਉਣਾ ਮੰਗਦਾ, ਜੇ ਲੈਜੈਂਡਰੀ ਸਿੱਖ ਰਾਈਡਰਸ ਦੀ ਫੇਸਬੁੱਕ ਤੇ ਆਪਣੇ ਲਿੰਕ ਲੱਗਿਆ ਵਾ ਸਾਡਾ, ਉਹਤੇ ਟੈਪ ਕਰਿਓ, ਲਿੰਕ ਖੋਲਿਓ, ਉਹਤੇ ਲਿਖਿਆ ਹੋਊਗਾ ਸਪੋਰਟ ਮੀ, ਉਹਤੇ ਆ ਕੇ ਤੁਸੀਂ ਆਟੋਮੈਟਿਕਲੀ ਭਰ ਸਕਦੇ ਆ ਵੀ ਕਿੰਨੇ ਤੁਸੀਂ ਆਪਦੇ ਹਿਸਾਬ ਨਾਲ 50, 100, 200, 250 ਜਿੰਨੇ ਵੀ ਅਗਲੇ ਨੂੰ ਦੇਣੇ ਆ ਉਸ ਹਿਸਾਬ ਨਾਲ ਤੁਸੀਂ ਪੈਸੇ ਪਾ ਸਕਦੇ ਆ। ਜੇ ਵੱਡੇ ਆ ਕੰਪਨੀਆਂ ਵਾਲੇ ਸਾਡੇ ਕੋਲ ਰਾਹ ਚ ਮਿਲੇ ਆ, ਉਹਨਾਂ ਨੇ ਚੈੱਕਾਂ ਦਿੱਤੀਆਂ ਸਾਨੂੰ, ਚੈੱਕਾਂ ਰਸੀਦਾਂ ਮਿਲਣਗੀਆਂ ਜਿਹੜੀ ਇਹ ਆਪਣੇ ਆਨਲਾਈਨ ਕਰਨਾ, ਇਹਦੇ ਵਿੱਚ ਵੀ ਜੇ ਉਹਨਾਂ ਨੂੰ ਫੋਨ ਕਰੋ ਤੇ ਰਸੀਦ ਮਿਲੂ ਤੁਹਾਨੂੰ ਆਪਣੇ ਟੈਕਸ ਡਿਪਾਰਟਮੈਂਟ ਵੱਲੇ। ਤੇ ਹੁੰਜਨ ਸਾਹਿਬ ਇਹਦਾ ਮਤਲਬ ਇਸ ਰਾਈਡ ਦੇ ਨਾਲ ਤੁਸੀਂ ਸਾਡੇ ਵੈਟਰਨ ਰਾਈਡਰ ਹੋ ਸਾਰੇ, ਤੇ ਸਾਨੂੰ ਬੜਾ ਮਾਣ ਹੈ ਕਿ ਸਾਰਿਆਂ ਨੂੰ ਟ੍ਰੇਨਿੰਗ ਤੁਸੀਂ ਦਿੰਦੇ ਰਹੇ ਹੋ, ਸਰਾ ਬਰਾੜ ਜਿਹਨਾਂ ਨੂੰ ਅਸੀਂ ਬੜੇ ਸਤਿਕਾਰ ਨਾਲ ਗ੍ਰੈਂਡ ਪਾ ਕਹਿੰਦੇ ਹਾਂ, ਅਤੇ ਉਹ ਐਨ ਤਕੜੇ ਹੋ ਕੇ ਅਤੇ ਸਰਾ ਢਿੱਲੋਂ ਹੀ ਸਦਾ ਹੱਕਾਂ ਲਈ ਲੜਦੇ ਰਹਿੰਦੇ ਆ, ਅਤੇ ਟੰਡਾ ਸਾਹਿਬ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਵੱਲੋਂ ਸਤਿਕਾਰ ਨਾਲ ਇੱਕ ਵਾਰ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੋਲ ਦਿਓ। ਅਤੇ ਇੱਕ ਇੱਕ ਮੈਂ ਇੱਕੋ ਹੀ ਅਖੀਰ 'ਚ ਗੱਲ ਕਹਿਣੀ ਚਾਹੁੰਦਾ, ਤੁਸੀਂ ਸਦਾ ਸਾਡੇ ਕੋਲ ਖੜਿਆ ਕੋਲ ਆ ਗਏ ਨੇ, ਜਵਾਨੋ ਹੋਵੋ ਕੈਬ, ਅਤੇ ਹੁਣ ਸਾਰਾ ਸਾਰਾ ਕਨੇਡਾ ਗਾਹ ਤਾਂ ਜੀ, ਫਿਰ ਕੋਸਟ ਟੂ ਕੋਸਟ ਅਤੇ ਇੱਧਰ ਅਲਾਸਕਾ ਤੱਕ ਹੁਣ ਤਾਂ ਰਿਹਾ ਕੱਖ ਨਹੀਂ। ਧੰਨਵਾਦ ਤੇ ਸ਼ੁਭ ਸ਼ਾਮਾਂ। ਜਦ ਤੁਸੀਂ ਵਾਪਸ ਆ ਗਏ ਸਟੂਡੀਓ ਚ ਸੱਦੂਗਾ, ਫਿਰ ਬੈਠ ਕੇ ਗੱਲਾਂ ਬਾਤਾਂ ਕਰਾਂਗੇ, ਤੇ ਇੱਕ ਘੰਟਾ ਲਾ ਕੇ ਤਜਰਬਾ ਰਾਹ ਦਾ ਲਿਖਦੇ ਆਇਓ ਡਾਇਰੀ, ਕਈ ਵਾਰ ਭੁੱਲ ਜਾਂਦੇ ਆ, ਤੇ ਜਦ ਵਾਪਸ ਆ ਗਏ ਤਾਂ ਤੁਹਾਡੇ ਨਾਲ ਫਿਰ ਗੱਲਾਂ ਬਾਤਾਂ ਕਰਾਂਗੇ। ਬਿਲਕੁਲ ਬਿਲਕੁਲ ਆ ਲਓ ਜੀ ਆਪਣੇ ਬਰਾੜ ਸਾਹਿਬ ਨੂੰ ਜੀ, ਇਹ ਮੈਂ ਇਹਨਾਂ ਨੂੰ ਇੰਟਰੋਡਕਸ਼ਨ ਇੱਦਾਂ ਦਿੰਦਾ ਜੀ, ਆਪਣੇ ਅੰਟੇਰੀਓ ਧਰਤੀ ਸਾਨੂੰ ਇੱਥੇ ਸਿੱਖ ਮੁਰਸਾ ਕਲੱਬ ਨੇ ਸੱਦਿਆ, ਤੇ ਅਸੀਂ ਉੱਥੇ ਗਏ ਤਾਂ ਉਹਨਾਂ ਨੇ ਮੀਟ ਕੀਤੀ ਤੇ ਕਹਿੰਦੇ ਵੀ ਬੋਲੋ। ਮੈਂ ਕਿਹਾ ਵੀ ਜਿੰਨੇ ਨੌਜਵਾਨ ਅੱਜ ਮੈਂ ਇਕੱਠੇ ਕਰੀ ਫਿਰਦਾ ਆਪਦੇ ਨਾਲ, ਇਹ ਇੰਨੇ ਹੋਣੇ ਨੀ ਸਾਰੀ ਦੁਨੀਆਂ ਦੇ ਇੰਨੇ। ਇੰਦਰਜੀਤ ਸਿੰਘ ਜਗਰਾਓ ਸਾਡੇ ਮਿੱਤਰ ਨੇ, ਅਸੀਂ ਇਕੱਠੇ ਪੜ੍ਹਦੇ ਰਹੇ ਹਾਂ ਸਿੱਖ ਮੁਰਸੇ ਕਲੱਬ ਤੇ ਚੜ੍ਹਦੀ ਕਲਾ ਵਾਲੇ। ਹਲੋ ਜੀ ਬਰਾੜ ਸਾਹਿਬ, ਗ੍ਰੈਂਡਫਾਦਰ ਇਹਨੂੰ ਫਤਿਹ ਬੁਲਾਇਓ ਜੀ ਇਹਨਾਂ ਨੂੰ ਜੀ। ਬਰਾੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਮਹਾਰਾਜ, ਅਨਾਊਂਸ ਕਰੋ, ਡੋਨੇਟ ਕਰਨ ਨੀਡੀ ਕਿਡਸ ਲਈ, ਠੀਕ, ਪਲੀਜ਼ ਸਾਡਾ ਵਰਡ ਸਪਰੈਡ ਕਰ ਦਿਓ। ਬਿਲਕੁਲ ਕਰਾਂਗੇ, ਬਿਲਕੁਲ, ਹਰ ਰੋਜ਼ ਮੈਂ ਸੁਨੇਹਾ ਦਿਆ ਕਰੂੰ ਆਪਣੇ ਸ਼ੋਜ਼ ਦੇ ਵਿੱਚੋਂ, ਅਤੇ ਤੁਸੀਂ ਚੜ੍ਹਦੀ ਕਲਾ ਨਾਲ ਵਾਪਸ ਆਓ, ਅਤੇ ਫਿਰ ਤੁਹਾਡੇ ਬਾਈਕਸ ਦੇ ਨਾਲ ਇੱਕ ਜਿਹੜੇ ਚਲਾ ਕੇ ਲਿਆਏ ਉਹਨਾਂ ਨਾਲ ਇੱਕ ਛੋਟੀ ਜਿਹੀ ਡਾਕੂਮੈਂਟਰੀ ਵੀ ਬਣਾਵਾਂਗੇ, ਅਤੇ ਸਟੂਡੀਓਜ਼ ਤੁਹਾਨੂੰ ਸੱਦ ਕੇ ਸਾਰਿਆਂ ਨੂੰ ਮਾਣ ਵੀ ਦੇਵਾਂਗੇ, ਤੁਹਾਡੀਆਂ ਯਾਦਾਂ ਵੀ ਸਾਰੀਆਂ ਸਾਂਝੀਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਦੇਖ ਲਓ ਇਹ ਤਾਂ ਮਹਿਸੂਸ ਕਰਨਾ ਤੁਸੀਂ, ਉਮਰਾਂ ਦੀ ਕਹਾਣੀ ਨਹੀਂ ਹੈ, 65+ ਨੇ ਸਰਾ ਬਰਾੜ ਹੋਣੀ, ਅਤੇ ਮਤਲਬ ਮੋਟਰਸਾਈਕਲ 'ਤੇ ਪਹੁੰਚ ਜਾਣਾ ਪਰਲੇ ਖੂੰਜੇ 'ਤੇ, ਅਤੇ ਇਹ ਸਾਰਾ ਇਨੀਸ਼ੀਏਟਿਵ ਸਰਾ ਮਲਕੀਤ ਸਿੰਘ ਹੁੰਜਨ ਦਾ, ਜਿਹੜੇ ਬੜੇ ਮਿਹਨਤ ਕਰਦੇ ਨੇ ਸਦਾ ਹੀ ਬਈ, ਅਤੇ ਇਹ ਰਾਈਡ ਜਿਹੜੀ ਹੈ ਹੁਣ ਬਾਕੀ ਮੋਟਰਸਾਈਕਲ ਵੀ ਕਰਨਗੇ, ਪਲੈਨ ਕਰਾਂਗੇ, ਅਤੇ 20 ਦਿਨ ਦਾ ਟ੍ਰਿਪ ਆ ਇਹ, ਅਗਲੇ ਸਾਲ ਵੇਖਦੇ ਹਾਂ ਗਰਮੀ ਦੇ ਵਿੱਚ ਫਿਰ ਕਰਦੇ ਹਾਂ ਤਿਆਰੀਆਂ। ਇਹ ਸੀ ਅੱਜ ਦਾ ਸ਼ੋਅ ਜੀ, ਅਤੇ ਕੱਲ੍ਹ ਨੂੰ ਮਿਲਦੇ ਹਾਂ ਫਿਰ।